ਰਿਲੀਜ਼ ਹੋਣ ਜਾ ਰਹੀ ਹੈ ਜੇ ਜੱਟ ਵਿਗੜ ਗਿਆ। ਹੁਣ ਇਹ ਜੱਟ ਵਿਗੜਿਆ ਕਿਉਂ ਹੈ ਔਰ ਕਿਹਦੇ ਲਈ ਵਿਗੜਿਆ ਔਰ ਕਿਹਦੇ 'ਤੇ ਵਿਗੜ ਗਿਆ ਔਰ ਜਦੋਂ ਇਹ ਵਿਗੜੇਗਾ ਤਾਂ ਕੀ ਹੋਏਗਾ, ਇਹੀ ਅਸੀਂ ਦੇਖਣਾ ਅੱਜ ਪ੍ਰੈਮੀਅਰ ਦੇ ਉੱਤੇ ਅਤੇ ਪਹੁੰਚੇ ਹੋਏ ਹਾਂ ਜੀ। 17 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਜੇ ਜੱਟ ਵਿਗੜ ਗਿਆ ਉਹਦੇ ਪ੍ਰੈਮੀਅਰ ਦੇ ਉੱਤੇ, ਅਤੇ ਫਿਲਮ ਹੈਗੀ ਹੈ ਜੀ ਦਲਜੀਤ ਥਿੰਡ ਪ੍ਰੈਜੈਂਟਸ ਥਿੰਦ ਮੋਸ਼ਨ ਫਿਲਮਸ ਇਨ ਐਸੋਸੀਏਸ਼ਨ ਵਿਦ ਜੈ ਪ੍ਰੋਡਕਸ਼ਨਸ ਐਂਡ ਐਮੋਰ ਫਿਲਮਸ। ਜੇ ਰੰਧਾਵਾ ਇਨ ਜੇ ਜੱਟ ਵਿਗੜ ਗਿਆ, ਡਾਇਰੈਕਟਡ ਬਾਏ ਮਨੀਸ਼ ਭੱਟ, ਪ੍ਰੋਡਿਊਸਡ ਬਾਏ ਦਲਜੀਤ ਥਿੰਡ, ਕੋ ਪ੍ਰੋਡਿਊਸਡ ਬਾਏ ਜੈ ਗੋਪਾ ਰਾਏ ਐਂਡ ਅਮਰਜੀਤ ਸਿੰਘ ਸਰਾਓ, ਔਰ ਫੀਚਰਿੰਗ ਗੁਰਦੀਪ ਗਰੇਵਾਲ ਜੀ, ਜੈ ਰੰਧਾਵਾ ਜੀ, ਦੀਪ ਸਹਿਗਲ ਜੀ ਅਤੇ ਸਾਡੇ ਪੰਜਾਬੀ ਸਿਨੇਮਾ ਜਗਤ ਦੇ ਸਾਡੇ ਕਈ ਦਿੱਗਜ ਕਲਾਕਾਰ ਜਿਵੇਂ ਕਿ ਅਮਨ ਸੁਤਤਾਰ ਜੀ, ਔਰ ਇਹਨਾਂ ਨੂੰ ਜਦੋਂ ਅਸੀਂ ਫਿਲਮ ਦੇ ਵਿੱਚ ਦੇਖਣਾ ਤਾਂ ਮੈਨੂੰ ਲੱਗਦਾ ਜਦੋਂ ਜੈ ਰੰਧਾਵਾ ਜੀ ਨੂੰ ਅਸੀਂ ਇੱਕ ਡਿਫਰੈਂਟ ਤਰ੍ਹਾਂ ਦਾ ਐਕਸ਼ਨ ਕਰਦੇ ਹੋਏ ਦੇਖਾਂਗੇ, ਜਿਹੜਾ ਕਿ ਅਸੀਂ ਟ੍ਰੇਲਰ ਦੇ ਵਿੱਚ ਦੇਖਿਆ ਅੱਜ ਤੱਕ ਇਹੋ ਜਿਹਾ ਐਕਸ਼ਨ ਨਹੀਂ ਹੋਇਆ। ਔਰ ਜਦੋਂ ਪੰਜਾਬੀ ਸਿਨੇਮਾ ਇੱਕ ਨਵਾਂ ਜਿਹੜਾ ਮੋੜ ਲੈ ਕੇ ਆਏਗੀ ਐਕਸ਼ਨ ਦੇ ਵਿੱਚ ਔਰ ਐਕਸ਼ਨ ਫਿਲਮ ਨੂੰ ਇੱਕ ਨਵਾਂ ਦੌਰ ਦੇ ਦੇਵੇਗੀ, ਸੋ ਮੈਨੂੰ ਲੱਗਦਾ ਹੈ ਉਹ ਫਿਲਮ ਹੋਣ ਵਾਲੀ ਹੈ। ਸੋ ਆਓ ਚੱਲਦੇ ਹਾਂ ਜੇ ਰੰਧਾਵਾ ਜੀ ਦੀ ਫਿਲਮ ਜੇ ਜੱਟ ਵਿਗੜ ਗਿਆ ਦੇਖਦੇ ਹਾਂ, ਤਾਰ ਕਾਸਨਾ ਵੀ ਮਿਲਵਾਵਾਂਗੇ। ਆਓ ਚੱਲਦੇ ਹਾਂ।
ਮੇਰੇ ਨਾਲੋਂ ਜ਼ਿਆਦਾ ਜ਼ੋਰ ਸਾਡੇ ਡਾਇਰੈਕਟਰ ਮਨੀਸ਼ ਸਰ ਦਾ ਲੱਗਦਾ ਐਕਸ਼ਨ ਦੇ ਵਿੱਚ। ਵਧੀਆ ਹਾਂਜੀ, ਥੋੜ੍ਹਾ ਅੱਗੇ ਹੋ ਜਾਓ ਮੰਮੀ, ਥੋੜ੍ਹਾ ਅੱਗੇ ਹੋ ਜਾਓ। ਬੜੀਆਂ ਯਾਦਾਂ ਨੇ ਇੱਦਾਂ, ਮਤਲਬ ਮੈਨੂੰ ਇਸ ਟਾਈਮ ਇੱਦਾਂ ਲੱਗਦਾ ਕਿ ਯਾਰ ਤੁਸੀਂ ਦੱਸੋ ਤੁਹਾਨੂੰ ਫਿਲਮ ਕਿਵੇਂ ਲੱਗੀ, ਕੀ ਤੁਹਾਡੇ ਇਮੋਸ਼ਨਸ ਆ, ਕੀ ਤੁਹਾਨੂੰ ਲੱਗਿਆ? ਥੈਂਕ ਯੂ ਕਰਦੀ ਹਾਂ ਮਨੀਸ਼ ਸਰ ਦਾ, ਜਿਨ੍ਹਾਂ ਨੇ ਮੇਰੇ 'ਤੇ ਇੰਨਾ ਜ਼ਿਆਦਾ ਬਿਲੀਵ ਦਿਖਾਇਆ, ਐਂਡ ਉਹ ਮੇਰੇ ਨਾਲ ਹੀ ਬੈਠੇ ਸੀ ਅਤੇ ਮੈਂ ਆਈ ਵਾਜ਼ ਲਾਈਕ ਕ੍ਰਾਈਂਗ ਸਾਰੀ ਉਸ ਚੀਜ਼ ਦੇ ਵਿੱਚ, ਆਪਣੇ ਆਪ ਨੂੰ ਇੰਨੇ ਵੱਡੇ ਪਰਦੇ 'ਤੇ ਦੇਖ ਕੇ। ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਦਾ ਸੁਪਨਾ ਲੈਂਦੇ ਹੋ ਤਾਂ ਤੁਹਾਨੂੰ ਉਹ ਚੀਜ਼ ਉਦੋਂ ਤੋਂ ਪੂਰੀ ਹੁੰਦੀ ਹੈ, ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਕਿ ਕਿੱਥੋਂ ਮੈਂ ਸ਼ੁਰੂ ਹੋਈ ਸੀ, ਅੱਜ ਮੈਂ ਕਿੱਥੇ ਪਹੁੰਚੀ ਹਾਂ। ਅਤੇ ਤੁਹਾਡੇ ਸਪੋਰਟ ਤੋਂ ਬਗੈਰ, ਆਡੀਅੰਸ ਦੇ ਸਪੋਰਟ ਤੋਂ ਬਗੈਰ ਅਸੀਂ ਕੁਛ ਵੀ ਨਹੀਂ ਹਾਂ। ਸੋ ਪਲੀਜ਼ ਤੁਸੀਂ ਸਾਡੀ ਮੂਵੀ ਜ਼ਰੂਰ ਦੇਖੋ। ਤੁਹਾਨੂੰ ਕਿਵੇਂ ਲੱਗ ਰਹੀ ਸੀ, ਕਿਵੇਂ ਲੱਗ ਰਹੀ ਸੀ, ਤੁਸੀਂ ਦੱਸੋ। ਮੈਂ ਤਾਂ ਕੰਮ ਕੀਤਾ ਉਹਨਾਂ ਦਾ, ਤੁਹਾਨੂੰ ਕਿਵੇਂ ਲੱਗ ਰਿਹਾ ਸੀ ਸਾਡਾ ਵਧੀਆ ਲੱਗੀ? ਫਿਰ ਤਾਂ ਬਹੁਤ ਵਧੀਆ ਗੱਲ ਹੈ ਕਿ ਤੁਹਾਨੂੰ ਪਸੰਦ ਹੈ ਕਿ ਆਡੀਅੰਸ ਲਾਈਕ ਕਰੇਗੀ। ਪਹਿਲਾਂ ਤਾਂ ਮੈਂ ਥੈਂਕਸ ਕਰਨਾ ਚਾਹੁੰਦਾ ਸਾਡੇ ਪ੍ਰੋਡਿਊਸਰਸ ਜਿੱਦਾਂ ਥਿੰਦ ਮੋਸ਼ਨ ਪਿਕਚਰਸ ਐਂਡ ਜੈਪ ਸਟੂਡੀਓਸ, ਰਣਜੀਤ ਸਿੰਘ ਭਾਅ ਜੀ ਉਹਦੇ 'ਚ, ਅਤੇ ਰਵੀ ਭੈਣ ਅਤੇ ਜੈਕ ਉੱਪਰ ਆਏ ਭਾਅ ਜੀ, ਕਿਉਂਕਿ ਅਸੀਂ ਜੋ ਵੀ ਚੀਜ਼ ਉਹਦੇ ਵਿੱਚ ਸੋਚੀ ਸੀ ਕਿ ਜਿੱਦਾਂ ਐਕਸ਼ਨ ਦੇ ਵਿੱਚ ਕਰਨੀ ਆ, ਉਹਨਾਂ ਨੇ ਉੱਦਾਂ ਹੀ ਪ੍ਰੋਵਾਈਡ ਕੀਤੀ ਆ, ਉਹ ਬੜੀ ਵੱਡੀ ਗੱਲ ਹੁੰਦੀ। ਅਮਰਜੀਤ ਭਾਈ ਨੇ ਇਹਦੇ ਸਕਰੀਨ ਪਲੇ ਦੇ ਡਾਇਲੋਗਸ ਲਿਖੇ ਆ, ਸੋ ਜਿੰਨੇ ਇਮੋਸ਼ਨਸ ਜਾਂ ਜਿੰਨੇ ਤੁਸੀਂ ਸੀਨ ਦੇਖ ਰਹੇ ਹੋ ਉਹਨਾਂ ਦੇ ਲਿਖੇ ਹੋਏ ਨੇ, ਉਹ ਤੁਸੀਂ ਉਹ ਮਹਿਸੂਸ ਕਰ ਪਾਓਗੇ। ਸੋ ਜਿਹੜਾ ਵਿਜੂਅਲ ਟ੍ਰੀਟਮੈਂਟ ਆ ਕਿ ਇੱਕ ਚੀਜ਼ ਦੇਖ ਕੇ ਤੁਹਾਨੂੰ ਸਵਾਦ ਆਵੇ, ਉਹ ਮਨੀਸ਼ ਸਰ ਤੁਹਾਨੂੰ ਪਤਾ ਕਿ ਉਸ ਚੀਜ਼ 'ਚ ਮਾਹਿਰ ਨੇ, ਉਹਦੇ 'ਚ ਉਹਨਾਂ ਦਾ ਕੋਈ ਕੰਪੀਟੀਸ਼ਨ ਨਹੀਂ ਹੈਗਾ, ਕਿ ਉਹ ਉਸ ਚੀਜ਼ ਨੂੰ ਇੱਡੇ ਦਿਲੋਂ ਕਰਦੇ ਆ, ਐਡੀ ਸ਼ਿੱਦਤ ਨਾਲ ਕਰਦੇ ਆ। ਅਤੇ ਸਾਡੇ ਨੀਰਜ ਭਾਅ ਜੀ ਜਿਨ੍ਹਾਂ ਨੇ ਸਿਨਮੈਟੋਗ੍ਰਾਫੀ ਇਸ ਫਿਲਮ ਦੀ ਜਿਹੜੀ ਤੁਸੀਂ ਦੇਖਦੇ ਹੋ ਵੱਡੇ ਵੱਡੇ ਸ਼ੋਟ, ਸੋ ਨੀਰਜ ਭਾਅ ਜੀ ਅਤੇ ਮਨੀਸ਼ ਸਰ ਦੋਨੋਂ ਮਿਲ ਕੇ ਜਦੋਂ ਕਰਦੇ ਤਾਂ ਫਿਰ ਇੱਦਾਂ ਦੀ ਚੀਜ਼ ਵਧੀਆ ਕਮਾਲ ਨਿਕਲ ਕੇ ਆਉਂਦੀ ਹੈ। ਸੋ ਆਈ ਰੀਅਲੀ ਐਪਰੀਸ਼ੀਏਟ, ਅੱਜ ਮੇਰਾ ਥੈਂਕਸ ਕਰਨ ਦਾ ਦੇਣਾ, ਮੇਰਾ ਜੀ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ। ਤੁਸੀਂ ਆਏ, ਤੁਸੀਂ ਫਿਲਮ ਦੇਖੀ, ਸਾਰੀ ਕਾਸਟ ਆਈ, ਐਂਡ ਵਧੀਆ ਲੱਗਿਆ। ਥੈਂਕ ਯੂ ਸੋ ਮਚ। ਮੈਂ ਪੁੱਛਿਆ ਨਹੀਂ, ਪੁੱਛ ਲਓ ਇਹਨਾਂ ਨੂੰ, ਮੈਂ ਪੁੱਛਿਆ ਨਹੀਂ ਹਾਲੇ। ਮੈਨੂੰ ਬਹੁਤ ਵਧੀਆ ਲੱਗੀ, ਇਮੋਸ਼ਨ ਬਾਉਂਸ ਸੀਗੇ ਜ਼ਿਆਦਾ, ਮੈਂ ਤਾਂ ਰੋ ਵੀ ਲਿਆ। ਥੋੜੀ ਚੱਲਦੀ ਜਦੋਂ ਸਾਡੇ ਪੰਜਾਬ ਦੇ ਸੀਐਮ ਸਾਹਿਬ ਸੀਐਮ ਬਣੇ ਸੀ ਨਾ, ਉਹਦੇ ਮੰਮਾ ਕਹਿੰਦੇ ਸੀ ਮੇਰਾ ਬੇਟਾ ਮੰਤਰੀ ਬਣ ਗਿਆ, ਤੁਸੀਂ ਵੀ ਆਪਣੇ ਬੇਟੇ ਨੂੰ ਤਾਂ ਕਹਿੰਦੇ ਕਿ ਮੇਰਾ ਪੁੱਤ ਐਕਟਰ ਬਣ ਗਿਆ। ਚਲੋ ਕੋਈ ਗੱਲ ਨਹੀਂ, ਨਾ ਨਾ ਤੁਸੀਂ ਨਾ ਹੀ ਪੁੱਛੋ। ਸੋ ਤੁਸੀਂ ਗੁਰਦੀਪ ਜੀ ਨੂੰ ਪੁੱਛੋ, ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਪਹਿਲਾਂ ਤਾਂ ਥੈਂਕ ਯੂ, ਮੇਰਾ ਪਹਿਲਾਂ ਤਾਂ ਆਪਣੀ ਟੀਮ ਨੂੰ ਥੈਂਕ ਯੂ ਕਰਨ ਨੂੰ ਦਿਲ ਕਰਦਾ। ਮਨੀਸ਼ ਸਰ, ਆਪਣੀ ਫਿਲਮ ਨੂੰ ਦੇਖਦੇ ਹੋਏ ਬੜਾ ਇੰਜੋਏ ਕੀਤਾ ਮੈਂ, ਅਤੇ ਐਂਡ 'ਤੇ ਮੈਨੂੰ ਟਿਸ਼ੂ ਤੱਕ ਵੀ ਮੇਰੇ ਹੱਥ 'ਚ ਗਿਆ। ਥੈਂਕ ਯੂ ਸੋ ਮਚ ਆਂਟੀ,
ਤੇ ਮੇਰਾ ਤਾਂ ਜੋ ਇਹਨਾਂ ਨੇ ਫੀਲ ਕੀਤਾ ਉਹ ਤੁਸੀਂ ਵੀ ਸਾਰਿਆਂ ਨੇ ਦੇਖਦੇ ਹੋਏ ਫੀਲ ਕੀਤਾ ਹੋਣਾ। ਤੇ ਹਾਂ ਆਹ ਦੇਖੋ ਮੇਰਾ ਟਿਸ਼ੂ ਹਲੇ ਵੀ ਮੇਰੇ ਹੱਥ 'ਚ ਹਾਂਜੀ ਨਹੀਂ ਸਵਾਲ ਤਾਂ ਕੋਈ ਨਹੀਂ ਆਇਆ ਪਰ ਮੈਂ ਪੂਰੀ ਟੀਮ ਦੀ ਮਿਹਨਤ ਸੀ ਜਾਂ ਐਕਸ਼ਨ ਸੀ ਕਿਉਂਕਿ ਮੈਂ ਐਕਸ਼ਨ ਬਹੁਤ ਘੱਟ ਦੇਖਿਆ ਮੈਂ ਸਿਰਫ ਇੱਕੋ ਹੀ ਸੀਨ ਐਕਸ਼ਨ ਸ਼ੂਟ ਹੁੰਦਿਆਂ ਦੇਖਿਆ ਅਤੇ ਮੈਨੂੰ ਲੱਗਿਆ ਕਿ ਇੱਦਾਂ ਦੀ ਚੀਜ਼ ਪਹਿਲਾਂ ਪੰਜਾਬੀ ਸਿਨੇਮੇ 'ਚ ਆਈ ਨਹੀਂ ਆ ਸੋ ਮੈਨੂੰ ਬੜਾ ਉੱਥੇ ਬੈਠ ਕੇ ਮਾਣ ਵੀ ਮਹਿਸੂਸ ਹੋ ਰਿਹਾ ਸੀਗਾ ਕਿ ਇੰਨੇ ਸੋਹਣੇ ਪ੍ਰੋਜੈਕਟ ਦਾ ਜਾਂ ਇੰਨੀ ਸੋਹਣੀ ਚੀਜ਼ ਦਾ ਜਾਂ ਇੱਕ ਉਹ ਫਿਲਮ ਜਿਹਦੀ ਇਗਜ਼ਾਮਪਲ ਦਿੱਤੀ ਜਾਊਗੀ ਕਿ ਇੰਨਾ ਸੋਹਣਾ ਐਕਸ਼ਨ ਪੰਜਾਬੀ ਫਿਲਮਾਂ 'ਚ ਜਾਂ ਪੰਜਾਬੀ ਸਿਨੇਮੇ 'ਚ ਹੋਇਆ ਅਤੇ ਮੈਂ ਉਸ ਚੀਜ਼ ਦਾ ਹਿੱਸਾ ਕਿਆਰੀ ਭਾਅ ਜੀ ਇਹਨਾਂ ਦਾ ਬਹੁਤ ਸ਼ੁਕਰੀਆ ਪਹਿਲੀ ਕਾਲ ਇਹਨਾਂ ਦੀ ਆਈ ਸੀਗੀ ਮੈਨੂੰ ਕਿ ਤੁਸੀਂ ਫਿਲਮ ਕਰਨੀ ਆ ਬਹੁਤ ਸ਼ੁਕਰੀਆ ਭਾਅ ਜੀ ਮੈਨੂੰ ਮੈਂ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੀ ਹਾਂ ਅਤੇ ਮੈਨੂੰ ਸੀਗਾ ਕਿ ਜੋ 10 ਸਾਲਾਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਸਿਨੇਮਾ ਇੱਦਾਂ ਦਾ ਹੋਣਾ ਚਾਹੀਦਾ ਜਾਂ ਇੱਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਅਤੇ ਇਹ ਪਰਮਾਤਮਾ ਦੀ ਕਿਰਪਾ ਮੈਂ ਸਮਝੂੰਗੀ ਕਿ ਜਦੋਂ ਮੈਨੂੰ ਮੇਰੇ ਹਿੱਸੇ ਕੋਈ ਫਿਲਮ ਆਈ ਆ ਤਾਂ ਉੱਦਾਂ ਦੀ ਹੀ ਫਿਲਮ ਆਈ ਆ ਜਿੱਦਾਂ ਦਾ ਸਿਨੇਮਾ ਜਿਹਦੇ ਬਾਰੇ ਅਸੀਂ ਪਿਛਲੇ 10 ਸਾਲਾਂ ਤੋਂ ਗੱਲ ਕਰਦੇ ਆ ਰਹੇ ਸੀਗੇ ਕਿ ਫਿਲਮਾਂ ਜਾਂ ਸਿਨੇਮਾ ਇੱਦਾਂ ਦਾ ਹੋਣਾ ਚਾਹੀਦਾ ਸੋ ਨਹੀਂ ਸੁਧਾਰ ਤਾਂ ਨਹੀਂ ਆ ਖਾਸ ਨੇਮੀ ਤੇ ਸੰਵਾਦ ਕਰ ਸਕਦੇ ਹਾਂ ਅਸੀਂ ਨਹੀਂ ਇਹ ਪਹਿਲਾਂ ਬੜੇ ਸਾਲਾਂ ਤੋਂ ਹੋ ਰਹੀ ਹੈ ਇਹ ਨਹੀਂ ਕਿ ਇਹੀ ਸਿਰਫ ਪਹਿਲੀ ਚੰਗੀ ਪੰਜਾਬੀ ਫਿਲਮ ਆਈ ਆ ਇਸ ਤੋਂ ਪਹਿਲਾਂ ਬਹੁਤ ਚੰਗੀਆਂ ਪੰਜਾਬੀ ਫਿਲਮਾਂ ਆਈਆਂ ਨੇ ਜਿਨ੍ਹਾਂ ਨੇ ਬੈਂਚ ਮਾਰਕ ਸੈੱਟ ਕੀਤਾ ਜਾਂ ਜਿਹੜੀਆਂ ਪੰਜਾਬੀ ਸਿਨੇਮੇ ਦਾ ਕਲਟ ਬਣੀਆਂ ਨੇ ਪਰ ਮੈਨੂੰ ਖੁਸ਼ੀ ਇਹ ਆ ਕਿ ਇਹ ਉਹ ਪੰਜਾਬੀ ਸਿਨੇਮੇ ਦੀ ਫਿਲਮ ਆ ਜਿਵੇਂ ਆਪਾਂ ਚੰਗੀਆਂ ਫਿਲਮਾਂ ਦੀ ਗੱਲ ਕਰ ਰਹੇ ਹਾਂ ਜਾਂ ਜਿਨ੍ਹਾਂ ਦੀ ਇਗਜ਼ਾਮਪਲ ਦਿੱਤੀ ਜਾਊਗੀ ਆਉਣ ਵਾਲੇ ਟਾਈਮ 'ਚ ਜੇ ਐਕਸ਼ਨ ਜੋਨਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਜੇ ਜੱਟ ਵਿਗੜ ਗਿਆ ਹੁਣ ਤੱਕ ਦਾ ਬੈਸਟ ਐਕਸ਼ਨ ਹੋਇਆ ਸਿਨੇਮੇ ਦੇ ਵਿੱਚ ਤਾਂ ਵਧੀਆ ਬਹੁਤ ਸੋਹਣਾ ਕਿਉਂਕਿ ਮੈਂ ਅਤੇ ਦੀਪ ਨੇ ਬਹੁਤ ਘੱਟ ਸੀਨ ਮਿਲਿਆ ਤਾਂ ਇੱਕੋ ਹੀ ਇੱਕ ਜਾਂ 2 ਸੀਨ ਇਕੱਠੀਆਂ ਪਰਫੋਰਮ ਕੀਤੇ ਨੇ ਅਤੇ ਬਾਕੀ ਸਾਰੀ ਫਿਲਮ ਬਾਕੀ ਮੇਰੇ ਲਈ ਸਰਪ੍ਰਾਈਜ਼ ਸੀ ਮੈਂ ਅਤੇ ਜੈ ਭਾਅ ਜੀ ਨੇ ਜਿੰਨਾ ਕੰਮ ਕੀਤਾ ਜਾਂ ਅਮਨ ਭਾਅ ਜੀ ਉਹਨਾਂ ਦੇ ਨਾਲ ਜਿੰਨਾ ਕੰਮ ਸੀ ਮੈਂ ਉਨੀ ਕੀ ਫਿਲਮ ਦੇਖੀ ਸੀ ਬਾਕੀ ਮੈਂ ਐਕਸ਼ਨ ਦੇਖ ਕੇ ਮੈਂ ਆਪ ਬਹੁਤ ਹੈਰਾਨ ਹੋ ਰਹੀ ਸੀ ਕਿ ਇੰਨਾ ਸੋਹਣਾ ਐਕਸ਼ਨ ਹੋਇਆ ਫਿਲਮ ਦਾ ਅਤੇ ਇੰਨੀ ਮਿਹਨਤ ਲੱਗੀ ਆ ਇਸ਼ਾਰੇ ਵੀ ਸਮਝਤੇ ਤੋ ਹਮਾਰੀ ਬੌਂਡਿੰਗ ਬੜੀ ਅੱਛੀ ਹੈ ਮੁਝੇ ਐਸਾ ਲਗਤਾ ਤੋ ਹਮ ਔਰ ਕੰਫਰਟੇਬਲ ਬਹੁਤ ਇੱਕ ਦੂਸਰੇ ਕੇ ਸਾਥ ਕਾਮ ਕਰਨੇ ਮੇਂ ਔਰ ਜੈਸੇ ਅਗਰ ਹਮ ਐਕਸ਼ਨ ਕਰਤੇ ਹੈ ਤੋ ਉਸੇ ਮਾਰਸ਼ਲ ਆਰਟ ਆਤਾ ਹੈ ਤੋ ਕਈ ਸਾਰੀ ਚੀਜ਼ ਉਸਕੋ ਸਮਝਾਨੀ ਨਹੀਂ ਪੜਤੀ ਉਹ ਪਹਿਲੇ ਸੇ ਰੈਡੀ ਹੈ ਮਤਲਬ ਮੁਝੇ ਇੱਕ ਤਿਆਰ ਆਰਟ ਮਿਲਾ ਰੈਡੀਮੇਡ ਮੁਝੇ ਖਾਲੀ ਸ਼ੂਟ ਕਰਨਾ ਹੈ ਮੇਰੇ ਇਤਨਾ ਸਿੰਪਲ ਹੈ ਹਾਂ ਯੇ ਯੇ ਹੈ ਯੇ ਹੈ ਉਹ ਅੱਛੀ ਬਾਤ ਹੈ ਅੱਛੀ ਬਾਤ ਹੈ ਯੇ ਅੱਛੀ ਬਾਤ ਹੈ ਅੱਛੀ ਬਾਤ ਹੈ ਭਾਈ ਅਮਰਿੰਦਰ ਭਾਈ ਬਾਰੇ ਕੁਝ ਕਹਿਣਾ ਚਾਹੁੰਗੇ
ਯਾਰ ਭਾਜੀ ਨੇ ਬੜਾ ਸਪੋਰਟ ਕੀਤਾ, ਥੈਂਕਸ ਟੂ ਅਮਰਿੰਦਰ ਗਿੱਲ ਭਾਜੀ ਯਾਰ, ਉਹਨਾਂ ਨੇ ਟ੍ਰੇਲਰ ਵੀ ਐਪਰੀਸ਼ੀਏਟ ਕੀਤਾ ਸੀ, ਉਹਨਾਂ ਨੇ ਇਸ ਫਿਲਮ ਦੀ ਬਾਹਰ ਐਡਵਾਂਸ ਬੁਕਿੰਗ ਖੋਲ੍ਹੀ, ਉਹ ਵੀ ਸ਼ੇਅਰ ਕੀਤੀ, ਐਂਡ ਰਿਦਮ ਬੋਇਜ਼ ਆਲਰੇਡੀ ਸਾਡੀ ਫਿਲਮ ਬਾਹਰ ਡਿਸਟ੍ਰੀਬਿਊਟ ਕਰ ਰਿਹਾ, ਸੋ ਬਹੁਤ ਸ਼ੁਕਰੀਆ ਭਾਜੀ ਦਾ। ਹਾਂਜੀ ਤੁਸੀਂ ਉਹ ਦੇਖਿਆ ਉਹਨਾਂ ਦੇ ਗਾਣੇ? ਹਾਂਜੀ ਹਾਂਜੀ, ਉਹਨਾਂ ਦੇ ਹਾਂਜੀ ਹਾਂਜੀ ਉਹੀ ਹੋਈ, ਬਹੁਤ ਵਧੀਆ। ਉਹਨਾਂ ਨੇ ਪਹਿਲੀ ਵਾਰੀ ਉਹਨਾਂ ਨੇ ਕਿਹਾ ਮੈਂ ਕਿਸੇ ਪੰਜਾਬੀ ਫਿਲਮ ਦੇ ਵਿੱਚ ਗਾਣਾ ਦੇ ਰਿਹਾ, ਕਿ ਕਹਿੰਦੇ ਉੱਧਰਲਾ ਪੰਜਾਬ ਵੀ ਸਾਡਾ ਹੀ ਪੰਜਾਬ ਆ, ਅਤੇ ਸਾਡੇ ਵੀ ਬੜੀ ਵੱਡੀ ਗੱਲ ਆ। ਇਹਦਾ ਕ੍ਰੈਡਿਟ ਸਾਰਾ ਸਾਡੇ ਪ੍ਰੋਡਿਊਸਰਸ ਨੂੰ ਜਾਂਦਾ, ਕਿਉਂਕਿ ਉਹਨਾਂ ਨੇ ਅਪਰੋਚ ਕੀਤਾ ਸੀਗਾ ਬਿਲਾਲ ਭਾਈ ਨੂੰ। ਸੋ ਆਈ ਐਮ ਰੀਅਲੀ ਥੈਂਕਫੁਲ ਕਿ ਉਹਨਾਂ ਦਾ ਗਾਣਾ, ਐਂਡ ਬਾਕੀ ਜਿੰਨੇ ਵੀ ਆਰਟਿਸਟ ਬਾਕੀ ਨੇ, ਵਰਿੰਦਰ ਬਰਾੜ ਬਾਈ ਦਾ ਗਾਣਾ ਤੁਸੀਂ ਉਹਦੇ 'ਚ ਸੁਣਿਆ ਫਿਲਮ ਦੇ ਵਿੱਚ, ਨਿੰਜੇ ਬਾਈ ਦਾ ਗਾਣਾ, ਹਿੰਮਤ ਵੀਰੇ ਦਾ ਗਾਣਾ, ਐਂਡ ਸਰਗੀ ਜੀ ਦਾ ਗਾਣਾ, ਉਹ ਹਜੇ ਤੁਸੀਂ ਹਜੇ ਰਿਲੀਜ਼ ਕਰ ਰਹੇ ਹਾਂ ਅਸੀਂ, ਐਂਡ ਦੀਪਕ ਢਿੱਲੋਂ ਜੀ ਦਾ, ਜੈਸਮੀਨ ਅਖਤਰ ਜੀ ਦਾ, ਰੀਅਲੀ ਥੈਂਕਫੁਲ। ਹਾਂਜੀ ਹਜੇ ਬੰਨ, ਮੈਂ ਚਾਹੁੰਦਾ ਸਾਰੇ ਲੋਕ ਉਹਨੂੰ ਪਸੰਦ ਕਰਨ, ਉਹਨੂੰ ਦੇਖਣ, ਦੈਨ ਉਸ ਤੋਂ ਬਾਅਦ, ਕਿਉਂਕਿ ਹਜੇ ਤਾਂ ਮੈਨੂੰ ਲੱਗਦਾ ਕਿ ਕੋਈ ਕਹਿੰਦਾ ਸ਼ੂਟ 2 ਵੀ ਬਣਾਓ, ਮੈਡਲ 2 ਵੀ ਬਣਾਓ, ਪਰ ਸਾਡਾ ਪਹਿਲਾਂ ਪਰਪਸ ਇਹ ਹੁੰਦਾ ਫਿਲਮ ਵਧੀਆ ਲੋਕੀ ਪਸੰਦ ਕਰਨ। ਉਹ ਮੈਨੂੰ ਮਜ਼ਾ ਆਉਂਦਾ ਯਾਰ ਪੁਰਾਣੇ ਡਾਇਲੋਗ ਨੂੰ ਨਾ ਦੁਬਾਰਾ ਰੀਕ੍ਰੀਏਟ ਕਰਕੇ, ਜਿੱਦਾਂ ਗਾਣੇ ਰੀਕ੍ਰੀਏਟ ਕਰੀਦੇ ਆ। ਸੋ ਪਿਛਲੀ ਫਿਲਮ 'ਚ ਰਾਜ ਕਰਨਾ ਰਾਜ ਸੀਗਾ, ਇਹਦੇ 'ਚ ਇਹ ਸੀਗਾ ਕਿ ਲੱਕੜ ਦੇ ਬਾਲਿਆਂ ਦੇ ਪੁੱਤ ਘਰਾਂ ਦੀਆਂ ਛੱਤਾਂ ਟਿੱਕੀਆਂ ਹੁੰਦੀਆਂ, ਬੰਦਾ ਮਾਰ ਲਈ ਸਰੀਰ ਨਹੀਂ ਜਿਗਰਾ ਚਾਹੀਦਾ। ਹਾਂਜੀ ਸਿਚੁਏਸ਼ਨ ਦੇ ਹਿਸਾਬ ਨਾਲ ਹੀ, ਐਂਡ ਉਹ ਮੈਨੂੰ ਲੱਗਦਾ ਕਿ ਹਰ ਬੰਦੇ ਨਾਲ ਧੁੱਕ ਦੀ ਗੱਲ ਹੀ ਆ ਕਿ ਇੰਨੇ 10 ਬੰਦੇ ਖੜ੍ਹੇ ਹੋਣ 'ਤੇ ਇੱਕ ਬੰਦਾ ਬਹੁਤ, ਜਿੱਦਾਂ ਜਿਹੜਾ ਬਹੁਤ ਡੋਲੇ ਵਾਲਾ ਬੰਦਾ ਨਹੀਂ ਹੈਗਾ, ਉਹ ਸਾਹਮਣੇ ਖੜੂਗਾ ਤਾਂ ਪਹਿਲੀ ਗੱਲ ਇਹ ਆਉਂਦੀ ਹੈ ਕਿ ਇਹ ਤਾਂ ਪਤਲਾ ਜਿਹਾ, ਇਹ 'ਚ ਕੋਈ ਮਤਲਬ ਕੋਈ ਡਾਇਲੋਗ ਨਹੀਂ ਹੈਗਾ, ਇਹ ਤਾਂ ਰਿਐਲਿਟੀ ਹੈ। ਮੈਂ ਸਾਰਾ ਕੁਝ ਆਡੀਅੰਸ 'ਤੇ ਛੱਡਦਾ, ਕਿਉਂਕਿ ਐਕਟਰ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਖਰੀਆਂ ਵੱਖਰੀਆਂ ਚੀਜ਼ਾਂ ਕਰਨੀਆਂ, ਪਰ ਉਹਨਾਂ ਨੂੰ ਪਸੰਦ ਕਰਨਾ ਉਹ ਦਰਸ਼ਕ ਦੱਸ ਦਿੰਦੇ ਆ। ਸੋ ਜੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਇੱਦਾਂ ਦੀਆਂ ਚੀਜ਼ਾਂ ਚਾਹੀਦੀਆਂ, ਤਾਂ ਡੈਫੀਨੇਟਲੀ 100%। ਕਿਹੜਾ ਕਿਹੜਾ? ਨਹੀਂ ਨਹੀਂ ਇਹ ਜਿੱਦਾਂ ਪਤਾ ਨਹੀਂ, ਇਹ ਉੱਦਾਂ ਹੀ ਆਇਆ ਸੀ ਆਈਡੀਆ, ਕੋਈ ਇੱਦਾਂ ਦੀ ਕੋਟ ਬਣਨੇ ਦੇਣਾ ਸੀ, ਮੈਂ ਕਿਹਾ ਯਾਰ ਉਹਦੇ 'ਤੇ ਕੁਛ ਲਿਖਾ ਲੈਂਦੇ ਹਾਂ, ਕੀ ਲਿਖਾਈਏ, ਕਹਿੰਦੇ ਰਾਜ ਕਰਨਾ ਰਾਜ, ਤਾਂ ਫਿਰ ਉਹ ਮਤਲਬ ਇਹ ਤਾਂ ਕਿਸੇ ਦਾ ਆਈਡੀਆ ਨਹੀਂ, ਉੱਦਾਂ ਹੀ ਆਇਆ ਸੀ। ਫਿਲਮ 'ਚ ਵੀ ਨਹੀਂ ਬਣਾਈਆਂ, ਫਿਲਮ 'ਚ ਵੀ ਪਾਸਤਾ ਇਹਨਾਂ ਨੂੰ ਪਸੰਦ ਨਹੀਂ ਹੈ, ਪਾਸਤਾ ਖਾਂਦੇ ਨਹੀਂ ਹੈ, ਇਹ ਡਾਈਟ ਵਾਲੀਆਂ ਚੀਜ਼ਾਂ ਖਾਂਦੇ ਨੇ। ਹਾਂ ਮੇਰੀ ਮੰਮੀ ਵੀ ਲੈ ਕੇ ਆਉਂਦੀ ਹੈ। ਹਾਂ ਚਲੋ ਡਨ ਹੋ ਗਈ ਗੱਲ। ਵੈਸੇ ਦੀਪ ਵਾਲੀ ਕੋ ਪਾਸਤੇ ਵਾਲੀ ਕੁੜੀ ਹੈ ਕਿ ਉਹਦਾ ਸਾਦੀ ਦਾਲ ਰੋਟੀ ਵਾਲੀ? ਨਹੀਂ ਮੈਨੂੰ ਪਰੌਂਠੇ ਬਹੁਤ ਸਵਾਦ ਆ, ਮੰਮੀ ਮੇਰੇ ਨਾਲ ਆਏ ਨੇ, ਮੰਮੀ ਦੇ ਹੱਥ ਦੀ ਪਰੌਂਠੀ ਮੈਨੂੰ ਹਮੇਸ਼ਾ ਖਾਣੀ ਬਹੁਤ ਪਸੰਦ ਹੁੰਦੀ ਹੈ, ਮਤਲਬ ਮੈਂ ਪੰਜਾਬੀ ਫੂਡ ਜ਼ਿਆਦਾ ਲਾਈਕ ਕਰਦੀ ਹਾਂ। ਐਂਡ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਮਨੀ ਸਰ ਦਾ, ਜਿਨ੍ਹਾਂ ਨੇ ਮੇਰੇ 'ਤੇ ਬਿਲੀਵ ਕੀਤਾ, ਮੈਂ ਸੱਚੀ ਰਾਈਟ ਨਾਓ ਬਹੁਤ ਜ਼ਿਆਦਾ ਇਮੋਸ਼ਨਲੀ ਫੀਲ ਕਰ ਰਹੀ ਹਾਂ, ਐਂਡ ਥੈਂਕਸ ਟੂ ਥਿਨ ਮੋਸ਼ਨ ਜਿਨ੍ਹਾਂ ਨੇ ਮੇਰੇ 'ਤੇ ਬਿਲੀਵ ਦਿਖਾਇਆ, ਥੈਂਕਸ ਟੂ ਜੈਬ ਪ੍ਰੋਡਕਸ਼ਨ ਕਿ ਇੱਕ ਨਿਊ ਕਮਰ ਆਰਟਿਸਟ ਨੂੰ ਤੁਸੀਂ ਜਦੋਂ ਉਹ ਇੱਕ ਪਲੈਟਫਾਰਮ ਦਿੰਦੇ ਹੋ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਐਂਡ ਥੈਂਕਸ ਟੂ ਗੈਰੀ ਭਾਜੀ, ਪੂਰੀ ਮੂਵੀ ਦੇ ਵਿੱਚ ਇਹਨਾਂ ਨੇ ਹਰ ਚੀਜ਼ ਦੇ ਵਿੱਚ ਹੈਲਪ ਕੀਤੀ ਹੈ, ਚਾਹੇ ਕੋਸਟਿਊਮ ਤੋਂ ਲੈ ਕੇ ਚਾਹੇ ਸਕ੍ਰਿਪਟ ਤੋਂ ਲੈ ਕੇ, ਸੋ ਥੈਂਕਸ ਟੂ ਹਿਮ, ਐਂਡ ਥੈਂਕਸ ਟੂ ਇੰਟਾਇਰ ਟੀਮ ਜਿਹੜੀ ਵੀ ਸਾਡੀ ਸਟਾਰ ਕਾਸਟ ਹੈ, ਮੈਂ ਸਾਰਿਆਂ ਦਾ ਬਹੁਤ ਦਿਲੋਂ ਥੈਂਕ ਯੂ ਕਰਦੀ ਹਾਂ, ਥੈਂਕ ਯੂ ਜੈ।
ਮੈਂ ਚਾਹੁੰਦਾ ਕਿ ਤੁਸੀਂ ਸਾਰੇ ਇੱਕ ਵਾਰੀ ਅਮਨ ਵੀਰੇ ਨੂੰ ਚੰਨੀ ਜੀ ਨੂੰ ਅਭੇ ਭਾਜੀ ਦਾ ਆਪਾਂ ਪਹਿਲੀ ਵਾਰੀ ਉਹਨੇ ਪੰਜਾਬੀ ਇੰਡਸਟਰੀ 'ਚ ਕੰਮ ਕੀਤਾ, ਸੋ ਤੁਸੀਂ ਉਹਨਾਂ ਨਾਲ ਵੀ ਥੋੜ੍ਹੀ ਗੱਲ ਕਰੋ। ਆਜੋ ਪਲੀਜ਼, ਆਓ ਭਾਈ। ਹਾਂਜੀ 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 ਉਹ ਤਾਂ ਪਿਆ ਹੀ ਹੁੰਦਾ ਜੀ। ਖੁਸ਼ ਹੋ? ਨਹੀਂ ਸਰ, ਨਹੀਂ ਨਹੀਂ, ਮਾਇੰਡ ਬਲੋਇੰਗ ਫਿਲਮ। ਜਿਸ ਤਰੀਕੇ ਦੀ ਟੇਕਿੰਗ ਹੈ, ਜਿਸ ਤਰੀਕੇ ਦਾ ਫਿਲਮ ਦਾ ਰਿਦਮ ਹੈ, ਫਿਲਮ ਅਪ ਡਾਊਨ ਅਪ ਡਾਊਨ ਅਪ ਡਾਊਨ, ਇਹ ਨਹੀਂ ਹੈ ਕਿ ਇੱਕੀ ਪੇਸ 'ਤੇ ਚੱਲ ਰਹੀ, ਇੱਕਦਮ ਉੱਤੇ ਇੱਕਦਮ ਥੱਲੇ ਇੱਕਦਮ ਉੱਤੇ ਇੱਕਦਮ ਥੱਲੇ। ਬਹੁਤ ਮਜ਼ਾ ਆਇਆ ਫਿਲਮ ਦੇਖ ਕੇ, ਬਹੁਤ ਵਧੀਆ ਫਿਲਮ ਬਣੀ, ਬਹੁਤ ਵਧੀਆ। ਹਾਂਜੀ ਜੈਨੀ ਸਾਹਿਬ, ਬਹੁਤ 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 ਐਕਸਪੀਰੀਅੰਸ ਗੁੱਡ। ਹਾਂਜੀ ਹਾਂਜੀ ਹਾਂਜੀ, ਅੱਗੇ ਵੀਰੇ ਅੱਗੇ ਆ ਗਿਆ ਮੈਂ, ਅੱਗੇ ਕਿੱਥੇ ਆ ਗਿਆ ਵੀਰੇ? ਹਾਂਜੀ ਹਾਂਜੀ ਵੀਰੇ, ਐਕਸਪੀਰੀਅੰਸ ਬਹੁਤ ਵਧੀਆ ਵੀਰੇ। ਨਹੀਂ ਨਹੀਂ ਸਾਰੇ ਵਧੀਆ ਜੀ। ਹਾਂਜੀ ਹਾਂਜੀ ਸਾਰੇ ਵਧੀਆ ਜੀ। ਹਾਂਜੀ, ਫਿਲਮ ਫੁੱਲੀ ਪੈਕੇਜ ਹੈ, ਫਿਲਮ ਦਾ ਐਕਸ਼ਨ ਦੇ ਨਾਲ ਨਾਲ ਸਟੋਰੀ ਲਾਈਨ ਵੀ ਆ। ਆਪਾਂ ਕਹਿੰਦੇ ਹਾਂ ਕਿ ਬਾਲੀਵੁੱਡ 'ਚ ਬਣਦੀ ਹੈ ਜਾਂ ਸਾਊਥ 'ਚ ਬਣ ਜਾਏ, ਹੁਣ ਆ ਗਈ ਹੈ ਪੰਜਾਬੀ 'ਚ, ਅਤੇ ਹੁਣ ਉੱਦਾਂ ਹੀ ਸਪੋਰਟ ਕਰੋ ਜਿੱਦਾਂ ਉਹਨਾਂ ਨੂੰ ਕਰਦੇ ਆ, ਤਾਂ ਮੈਂ ਤਾਂ ਇਹ ਕਹੂੰਗਾ ਬਹੁਤ ਵਧੀਆ। ਫਸਟ ਆਫ ਆਲ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ, ਤੁਸੀਂ ਆਏ ਇੰਨਾ ਸਪੋਰਟ ਕੀਤਾ। ਔਰ ਥਿੰਕ ਮੋਸ਼ਨ ਔਰ ਜੈਬ ਸਟੂਡੀਓਜ਼ ਦੀ ਇਹ ਫਿਲਮ ਹੈ, ਔਰ ਜੈਬ ਸਟੂਡੀਓਜ਼ ਦੀ ਪਹਿਲੀ ਫਿਲਮ ਹੈ, ਔਰ ਇਸ ਤੋਂ ਜ਼ਿਆਦਾ ਅੱਛੀ ਮੈਨੂੰ ਲੱਗਦਾ ਕਿ ਪੰਸਲ ਵੀ ਸੀ। ਮੈਨੂੰ ਸਟੋਰੀ ਬਹੁਤ ਅੱਛੀ ਲੱਗੀ, ਮੈਂ ਐਜ਼ ਅ ਪ੍ਰੋਡਿਊਸਰ ਵੀ ਐਜ਼ ਐਨ ਆਡੀਅੰਸ ਕਹਿ ਰਹੀ ਹਾਂ, ਸਟੋਰੀ ਬਹੁਤ ਅੱਛੀ ਲੱਗੀ, ਕੰਟੈਂਟ ਬਹੁਤ ਅੱਛਾ ਲੱਗਾ, ਮਿਊਜ਼ਿਕ ਬਹੁਤ ਅੱਛਾ ਲੱਗਾ, ਸਾਰਿਆਂ ਨੇ ਕੰਮ ਬਹੁਤ ਅੱਛਾ ਕੀਤਾ। ਔਰ ਮੈਂ ਤੁਹਾਨੂੰ ਪਹਿਲੀ ਵਾਰ ਮਿਲੀ ਹਾਂ, ਪਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਤੁਹਾਡਾ ਕੰਮ ਬਹੁਤ ਅੱਛਾ। ਔਰ ਜੈ ਔਰ ਮਨੀਸ਼ ਭਾਜੀ ਜੀ ਤਾਂ ਜਦੋਂ ਵੀ ਸਕਰੀਨ ਉੱਤੇ ਜੋੜੀ ਨੇ ਆਉਣਾ, ਉਹਨਾਂ ਨੇ ਮੈਂ ਪਹਿਲੇ ਵੀ ਕਿਹਾ ਸੀ ਮੈਜਿਕ ਕਰਨਾ ਹੀ ਸੀ, ਉਹ ਹੁਣ ਵੀ ਕੀਤਾ, ਲੇਕਿਨ ਪਹਿਲੀ ਫਿਲਮ ਸੀ ਉਹਨੇ ਬਹੁਤ ਅੱਛਾ ਕੀਤਾ। ਆਮ ਫੀਲਿੰਗ ਸੋ ਪ੍ਰਾਊਡ, ਮਾਈ ਹਸਬੈਂਡ ਹੀ ਜਸਟ ਲਿਸਨ ਟੂ ਮੀ ਐਂਡ ਹੀ ਲਿਵਸ ਮੀ। Thanks everyone, thanks for your time and support, and thank you to Thind Motion Film and mera vadda veer Daljeet Thind jinna ne opportunity ditti inne vadhiya project naal judan layi, te thank you very much saryan da, please film nu bahut pyar deo, thank you। ਪਹੁੰਚੇ ਹੋਏ ਹਾਂ ਜੇ ਜੱਟ ਵਿਗੜ ਗਿਆ ਦੇ ਪ੍ਰੈਮੀਅਰ ਦੇ ਉੱਤੇ। ਅੱਛਾ, ਇੱਕ ਆਰਟਿਸਟ ਅੱਜ ਸਾਡੇ ਨਾਲ ਇਹੋ ਜਿਹੇ ਮੌਜੂਦ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਕੰਟੈਂਟ ਕ੍ਰੀਏਸ਼ਨ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਰੀਲਸ ਅਤੇ ਟਿਕਟੋਕ 'ਤੇ ਤਾਂ ਬੜਾ ਪਿਆਰ ਦਿੱਤਾ, ਲੇਕਿਨ ਉਹਨਾਂ ਨੇ ਅੱਜ ਫਿਲਮ ਦੇ ਵਿੱਚ ਵੀ ਆਪਣੇ ਕਿਰਦਾਰ ਜ਼ਰੀਏ, ਆਪਣੀ ਐਕਟਿੰਗ ਜ਼ਰੀਏ ਉਹਨਾਂ ਨੇ ਵਾਕਈ ਦਿਖਾਤਾ ਕਿ ਉਹ ਕੰਟੈਂਟ ਕ੍ਰੀਏਸ਼ਨ ਦੇ ਉੱਤੇ ਜਦੋਂ ਇੰਨੇ ਉਹਨਾਂ ਨੂੰ ਪਿਆਰ ਮਿਲਦਾ ਤਾਂ ਉਹ ਕਿਉਂ ਮਿਲਦਾ, ਉਹ ਵਾਕਈ ਡਿਜ਼ਰਵ ਕਰਦੇ ਨੇ। ਅਭੈ ਅਤਰੀ ਜੀ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਫਸਟ ਕਲਾਸ, ਫਸਟ ਕਲਾਸ। ਅੱਛਾ ਦ੍ਰਿਸ਼ਟੀ ਮੈਮ ਨੂੰ ਅਤੇ ਤੁਹਾਨੂੰ ਐਸ ਕਪਲ ਅਸੀਂ ਰੀਲਸ ਅਤੇ ਟਿਕਟੋਕ 'ਤੇ ਤਾਂ ਬੜਾ ਪਿਆਰ ਦਿੱਤਾ, ਬੇਟੀ ਵੀ ਬੜੀ ਹੈ ਨਾ, ਬੜੀ ਪਿਆਰੀ ਹੈ ਤੁਹਾਡੀ, ਅਤੇ ਅੱਜ
ਜਦੋਂ ਅਸੀਂ ਇੱਕ ਇਹੋ ਜਿਹਾ ਵਿਗੜਿਆ ਹੋਇਆ ਬਾਹਰੋਂ ਆਇਆ ਮੁੰਡਾ ਦੇਖਿਆ ਤੁਹਾਡੇ ਕਿਰਦਾਰ ਦੇ ਵਿੱਚ, ਐਂਡ ਫਸਟ ਆਫ ਆਲ ਪਰਸਨਲੀ ਆਈ ਐਮ ਸੇਇੰਗ, ਜਦੋਂ ਤੁਸੀਂ ਜੇ ਜੱਟ ਵਿਗੜਿਆ ਦੇਖੋਗੇ 17 ਮਈ ਨੂੰ, ਇੱਕ ਸੀਨ ਹੈ ਜਦੋਂ ਤੁਸੀਂ ਗੱਡੀ 'ਚ ਉਤਰਦੇ ਹੋ ਤੁਸੀਂ ਬਾਡੀ ਨੂੰ ਕੁਛ ਸ਼ੇਕ ਜਿਹਾ ਕਰਦੇ ਹੋ, ਉਹ ਪਲੀਜ਼ ਕੇਅਰ ਥੋੜ੍ਹਾ ਹੋ ਸਕਦਾ ਪਲੀਜ਼, ਮੈਂ ਜ਼ਰੂਰ ਦੇਖਣਾ ਚਾਹੂੰਗੀ, ਮੈਨੂੰ ਬਹੁਤ ਸੋਹਣਾ ਲੱਗਿਆ ਉਹ, ਮਤਲਬ ਕਰਕੇ ਦਿਖਾਵਾਂ ਨਹੀਂ ਦੇਖੋ ਕਰੈਕਟਰ ਵਾਲੀ ਚੀਜ਼ ਇੱਕ ਅੱਡ ਹੁੰਦੀ ਹੈ ਨਾ, ਤਾਂ ਸਾਰਾ ਕਰੈਕਟਰ ਬੇਸਿਕਲੀ ਇੱਕ ਡਾਇਰੈਕਟਰ ਮਨੀਸ਼ ਜੀ ਹੈਗਾ, ਮਨੀਸ਼ ਜੀ ਨੇ ਡਿਜ਼ਾਈਨ ਕੀਤਾ ਸੀ, ਕਰੈਕਟਰ ਦਾ ਇੱਕ ਫੋਰਮੈਟ ਹੁੰਦਾ, ਹਰ ਕਰੈਕਟਰ ਦਾ ਇੱਕ ਫੋਰਮੈਟ ਹੁੰਦਾ, ਅਤੇ ਕਰੈਕਟਰ ਹੀ ਇਸ ਕਿਸਮ ਦਾ ਸੀ, ਪਾਗਲ ਜਿਹਾ ਕਿਸੇ ਵੀ ਟਾਈਮ ਕੁਛ ਵੀ ਕਰ ਦਿੰਦਾ, ਗ੍ਰਗੇਟ ਵਾਂਗੂ ਰੰਗ ਬਦਲ ਜਾ ਇਹਨੂੰ ਮੌਕਾ ਮਿਲੇ ਭੱਜਦਾ, ਅੱਛਾ ਜਦੋਂ ਇਹਨੇ ਦੇਖਿਆ ਤਾਂ ਬੰਦੇ ਆ ਗਏ ਤਾਂ ਕੁੱਟਣ ਵੀ ਚਲੇ ਗਿਆ, ਸੋ ਇਸ ਕਿਸਮ ਦਾ ਇਹ ਕਰੈਕਟਰ ਬੇਸਿਕਲੀ ਹੈਗਾ, ਸੋ ਪਰਸਨਲੀ ਉਹ ਜਿਹੜਾ ਮੈਂ ਕਹਿ ਰਹੀ ਹਾਂ, ਮੈਂ ਬਾਰ ਬਾਰ ਕਹਿ ਰਹੀ ਹਾਂ 17 ਮਈ ਨੂੰ ਜੇ ਜੱਟ ਵਿਗੜ ਗਿਆ, ਜਦੋਂ ਜਦੋਂ ਤੁਸੀਂ ਇਹਨਾਂ ਨੂੰ ਗੱਡੀ 'ਚ ਉਤਰਦੇ ਉਹ ਇੱਕ ਸ਼ੋਲਡਰ ਦੇ ਨਾਲ ਇਹਨਾਂ ਨੇ ਕੁਛ ਮੂਵਮੈਂਟ ਕੀਤੀ ਹੈ, ਉਹ ਇੰਨੀ ਕੁ ਮੈਨੂੰ ਐਜ਼ ਐਨ ਐਕਟਰ ਮੈਨੂੰ ਬਹੁਤ ਵਧੀਆ ਲੱਗੀ, ਮੈਂ ਯਾਰ ਬਹੁਤ ਵਧੀਆ ਕ੍ਰੀਏਟਿਵ ਜਿਹਾ ਕੰਮ ਕਰਤਾ, ਸੋ ਐਨੀਵੇ ਅੱਜ ਅਸੀਂ ਤੁਹਾਨੂੰ ਪਹਿਲੀ ਵਾਰੀ ਪੰਜਾਬੀ ਸਿਨੇਮਾ ਦੇ ਵਿੱਚ ਇਸ ਤਰੀਕੇ ਦਾ ਕਿਰਦਾਰ ਕਰਦੇ ਦੇਖਿਆ, ਔਰ ਜ਼ਹਿਰ ਦੇ ਓਪੋਜ਼ਿਟ ਤੁਸੀਂ ਉਹਨਾਂ ਨੂੰ ਤੰਗ ਵੀ ਕੀਤਾ, ਕੁੱਟ ਵੀ ਖਾਧੀ ਹੈ, ਕੁੱਟਿਆ ਵੀ ਬਹੁਤ ਹੈ, ਸੋ ਓਵਰਆਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਐਡੀ ਗ੍ਰੈਂਡ ਐਕਸ਼ਨ ਫਿਲਮ ਜਿਹੜੀ ਇਹ ਬਣੀ ਹੈ? ਮੈਂ ਐਕਸਪੀਰੀਅੰਸ ਇਹ ਦੱਸਾਂ ਕਿ ਆਈ ਵਾਜ਼ ਓਵਰਬਲੋਨ ਕਿ ਕਿਸ ਕਿਸਮ ਦਾ ਸਿਨੇਮਾ ਪੰਜਾਬ ਦੇ ਵਿੱਚ ਬਣ ਰਿਹਾ, ਕਿਸ ਕਿਸਮ ਦੀ ਡਾਇਰੈਕਸ਼ਨ ਇੱਥੇ ਹੋ ਰਹੀ ਹੈ। ਮੈਂ ਫਰੈਂਕਲੀ ਸਪੀਕਿੰਗ, ਮੇਰੇ ਦਿਮਾਗ ਦੇ ਵਿੱਚ 4 ਸਾਲ ਪੁਰਾਣਾ ਸੀਗਾ ਸਿਸਟਮ, ਹੈ ਨਾ, ਬਟ ਜਦੋਂ ਮੈਂ ਸੈੱਟ 'ਤੇ ਆਇਆ, ਜਦੋਂ ਮੈਂ ਡਾਇਰੈਕਟਰ ਸਾਹਿਬ ਨਾਲ ਗੱਲ ਕੀਤੀ, ਜਦੋਂ ਮੈਂ ਉਹਨਾਂ ਦਾ ਵਿਜ਼ਨ ਸਮਝਿਆ, ਜਿਹੜਾ ਤੁਸੀਂ ਕਹਿੰਦੇ ਹੋ ਇਹ ਕਿੱਥੋਂ ਆਇਆ, ਇਟ ਵਾਜ਼ ਨੋਟ ਡਿਜ਼ਾਈਨਡ, ਬਟ ਜਿਹੜਾ ਡਾਇਰੈਕਟਰ ਹੁੰਦਾ ਉਹ ਤੁਹਾਡੇ ਦਿਮਾਗ ਦੇ ਵਿੱਚ ਇੰਨਾ ਕਰੈਕਟਰ ਪਾ ਦਿੰਦਾ ਕਿ ਫਿਰ ਉਹ ਚੀਜ਼ਾਂ ਆਪ ਨਿਕਲ ਕੇ ਆਉਂਦੀਆਂ ਨੇ, ਔਨ ਸੈੱਟ ਕ੍ਰੀਏਸ਼ਨ, ਉਹ ਕਿਉਂਕਿ ਤੁਸੀਂ ਕਰੈਕਟਰ ਦੇ ਵਿੱਚ ਹੁੰਦੇ ਹੋ ਤਾਂ ਕਰੈਕਟਰ ਦਾ ਪਾਰਟ ਹੈ ਉਹ ਬੇਸਿਕਲੀ, ਉਹ ਚੀਜ਼ ਨਿਕਲ ਕੇ ਆਉਂਦੀ ਹੈ। ਤਾਂ ਪੰਜਾਬੀ ਸਿਨੇਮਾ ਇਜ਼ ਗਰੋਨ ਲਾਈਕ ਐਨੀਥਿੰਗ, ਲਾਸਟ 2-3 ਸਾਲ ਦੇ ਵਿੱਚ ਜਿੰਨੀਆਂ ਫਿਲਮਾਂ ਆ ਰਹੀਆਂ ਨੇ ਉਹਨਾਂ ਨੇ ਪੂਰਾ ਫੋਰਮੈਟ ਹੀ ਚੇਂਜ ਕਰਤਾ, ਅਤੇ ਇਹ ਫਿਲਮ ਤੋਂ ਓਬਵੀਅਸਲੀ ਤੁਸੀਂ ਦੇਖਿਆ ਹੀ ਹੈ ਕਿ ਆਈ ਥਿੰਕ ਕੋਈ ਵੀ ਬਾਲੀਵੁੱਡ ਫਿਲਮ ਹੋਵੇ, ਕੋਈ ਵੀ ਹਾਲੀਵੁੱਡ ਫਿਲਮ ਹੋਵੇ, ਟੱਕਰ ਦੇਣਾ ਇੱਕ ਚੀਜ਼ ਹੁੰਦੀ ਹੈ, ਮੇਰੇ ਹਿਸਾਬ ਨਾਲ ਇੱਕ ਪੁਆਇੰਟ ਉੱਤੇ ਹੀ ਹੈ, ਕੰਪੀਟ ਕਰ ਰਹੀ ਹੈ ਪੂਰੀ, ਯੈਸ 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 ਕੰਪੀਟ ਹੀ ਕਰ ਰਹੀ ਹੈ, ਅਤੇ ਉੱਤੇ ਹੀ ਹੈ। ਜਿਸ ਕਿਸਮ ਦਾ ਐਕਸ਼ਨ ਹੋਇਆ ਬੱਸ ਦੇ ਵਿੱਚ, ਜੋ ਜੈ ਨਿਕਲਦਾ ਮਾਈਂਡ, ਬਹੁਤ ਮੈਂ ਵੀ ਸਟੋਰੀ, ਬਹੁਤ ਸੋਹਣਾ ਸੀਨ ਹੈ, ਬਹੁਤ ਸੋਹਣਾ ਸੀਨ ਹੈ। ਹਾਂ, ਸੋ ਅੱਛਾ, ਹੁਣ ਜਿਵੇਂ ਆਪਾਂ ਮਨੀਸ਼ ਭੱਟਜੀ ਦੇ ਵਿਜ਼ਨ ਦੀ ਤਾਂ ਬਹੁਤ ਗੱਲ ਕਰ ਰਹੇ, ਤੁਸੀਂ ਵੀ ਕਹਿ ਰਹੇ ਹੋ ਡਾਇਰੈਕਟਰ ਦਾ ਵਿਜ਼ਨ ਬਹੁਤ ਤਗੜਾ, ਅੱਛਾ ਜੈ ਵੀ ਆਪਣੇ ਕੰਮ ਨੂੰ ਲੈ ਕੇ ਬੜੇ ਫੋਕਸ ਦੇ, ਸੋ ਕਦੀ ਸੈੱਟ 'ਤੇ ਜਦੋਂ ਤੁਸੀਂ ਚਾਰੋ ਜਣੇ ਤੁਸੀਂ ਹੋ ਗਏ ਅਤੇ ਆਪਣੇ ਮੇਨ ਵਿਲਨ ਸਾਹਿਬ ਹੋ ਗਏ, ਤੁਹਾਡੇ ਫਾਦਰ ਸਾਹਿਬ ਦਾ ਜਿਹਨਾਂ ਨੇ ਕਿਰਦਾਰ ਨਿਭਾਇਆ, ਡਾਇਰੈਕਟਰ ਸਾਹਿਬ ਪਵਨ ਮਲਹੋਤਰਾ ਜੀ, ਅਤੇ ਇਹ ਸਾਰੇ ਜਦੋਂ ਹੋ ਗਏ ਇਕੱਠੇ, ਤਾਂ ਕਦੀ ਇੱਦਾਂ ਹੁੰਦਾ ਸੀਗਾ ਕਿ ਜੈ ਵੀਰੇ ਦੇ ਆਪਸ 'ਚ ਤੁਸੀਂ ਇੱਕ ਦੂਜੇ ਨੂੰ ਕਹਿ ਰਹੇ ਹੋ ਕਿ ਨਹੀਂ ਇੱਦਾਂ ਨਹੀਂ ਇੱਦਾਂ ਹੋ ਸਕਦਾ, ਫਿਰ ਉਹ ਸਾਰਿਆਂ ਨੇ ਮਿਲ ਕੇ ਇੱਕ ਕੰਕਲੂਜਨ ਕੱਢਿਆ ਹੋਵੇ ਕਿ ਜੋ ਸਕ੍ਰਿਪਟ 'ਚ ਸੀਗਾ ਜਾਂ ਡਾਇਰੈਕਟਰ ਸਾਹਿਬ ਜੋ ਕਹਿੰਦੇ ਸੀ ਉੱਦਾਂ ਹੀ ਸਭ ਚੱਲ ਰਿਹਾ ਸੀ? ਮੇਰਾ ਦੇਖੋ ਉੱਥੇ ਹੁੰਦਾ ਹੋਣਾ ਉਹ ਸਾਰਾ ਕੁਛ, ਮੇਰਾ ਇੱਕ ਫੰਡਾ ਹੈਗਾ, ਮੈਂ ਸਟ੍ਰਿਕਟਲੀ ਡਾਇਰੈਕਟਰ ਦੇ ਹਿਸਾਬ ਨਾਲ ਚੱਲਦਾ। ਜਿਵੇਂ ਮਾਰਨਿੰਗ 'ਚ ਮੇਰੇ ਕੋਲ ਸੀਨ ਆਇਆ ਤਾਂ ਮੈਂ ਸਵੇਰੇ ਸਵੇਰੇ ਫਿਰ ਮਨੀਸ਼ ਸਰ ਦੀ ਵੈਨਿਟੀ ਜਾਣਾ, ਹਾਂਜੀ ਸਰ ਐਸੇ ਸੀਨ ਆ, ਐਸੇ ਕਰੇਂਗੇ, ਐਸੇ ਕਰੇਂਗੇ, ਐਸੇ ਕਰੇਗੀ, ਓਕੇ, ਅੱਛਾ ਸਰ ਇਸਮੇਂ ਇਹ ਡਾਲ ਸਕਦਾ ਹੂੰ, ਓਕੇ ਤੂੰ ਯਹਾਂ ਤੱਕ ਜਾ ਸਕਦਾ, ਯਹਾਂ ਤੱਕ ਨਹੀਂ ਜਾ ਸਕਦਾ, ਓਕੇ ਸਰ, ਬਸ ਦੈਟਸ ਇਟ। ਮੈਂ ਆਈ ਐਮ ਵੈਰੀ ਡਾਇਰੈਕਟਰਜ਼ ਐਕਟਰ, ਮੈਂ ਬਹੁਤ ਰੇਅਰ ਇਹ ਚੀਜ਼ ਕਰਦਾ, ਮਤਲਬ ਆਈ ਡੋਂਟ ਨੋ, ਸ਼ਾਇਦ ਮੇਰਾ ਉਸ ਤਰੀਕੇ ਨਾਲ ਦਿਮਾਗ ਨਹੀਂ ਚੱਲਦਾ, ਮੈਂ ਰਿਮੋਟ ਕੰਟਰੋਲ ਦੇ ਟੋਏ ਵਾਂਗੂ ਹਾਂ, ਜਿਵੇਂ ਕਰਦਾ ਉਵੇਂ ਕਰਦੀ। ਅੱਛਾ, ਅਸੀਂ ਅੱਜ ਤੁਹਾਡਾ ਇੱਕ ਮਤਲਬ ਬਹੁਤ ਹੀ ਅਲੱਗ ਰੂਪ ਦੇਖਿਆ ਅਸੀਂ, ਪਰ ਤੁਸੀਂ ਆਪਣੇ ਕੰਮ ਨੂੰ ਲੈ ਕੇ ਆਈ ਥਿੰਕ ਸ਼ਾਇਦ ਜ਼ਿਆਦਾ ਚੂਜ਼ੀ ਹੋ ਜਾਂ ਪਿੱਕੀ ਹੋ ਕਿ ਅਸੀਂ ਤੁਹਾਨੂੰ ਬਹੁਤ ਘੱਟ ਸਿਨੇਮਾ ਦੇ ਵਿੱਚ ਦੇਖ ਪਾਉਂਦੇ ਹਾਂ, ਮਤਲਬ ਹੁਣ ਇਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਲੋਕ ਤਰਸਣਗੇ ਕਿ ਯਾਰ ਹੋਣਾ ਚਾਹੀਦਾ ਕੁਛ ਨਵਾਂ, ਇੱਕ ਡਿਮਾਂਡ ਆਈ ਵੀ ਟੱਚਵੁੱਡ ਵਧੇਗੀ ਵੀ। ਰਾਈਟ, ਨਹੀਂ ਮੈਂ ਐਕਚੁਲੀ ਚੂਜ਼ੀ ਹਾਂ, ਮੈਂ ਬਹੁਤ ਟਾਈਮ ਤੱਕ ਤਾਂ ਫੈਸਟੀਵਲ ਫਿਲਮ ਦੀ ਕਰਦਾ ਰਿਹਾ,
ਮੈਂ ਘੱਟੋ ਘੱਟ 5 ਸਾਲ ਫੈਸਟੀਵਲ ਫਿਲਮਸ ਕੀਤੀਆਂ ਨੇ। ਮੇਰੀ ਪਹਿਲੀ ਪੰਜਾਬੀ ਫਿਲਮ ਸੀ ਸੀਰੀ ਸਾਂਝੀ, ਜਿਹੜੀ ਕਾਂਸ ਦੇ ਵਿੱਚ ਗਈ ਸੀ, ਫਿਲਮ ਫੇਅਰ ਦੇ ਵਿੱਚ ਨੋਮੀਨੇਟ ਹੋਈ ਸੀਗੀ। ਉਹ ਇਸ ਵਕਤ ਐਮਾਜ਼ੋਨ ਪ੍ਰਾਈਮ 'ਤੇ ਵੀ ਹੈਗੀ ਹੈ, ਜੀਓ 'ਤੇ ਵੀ ਹੈਗੀ ਹੈ। ਅਤੇ ਮੈਂ ਬਹੁਤ ਦੇਖ ਕੇ ਸਟੋਰੀ ਸੁਣ ਕੇ ਸਿਨੇਮਾ ਕਰਦਾ, ਕਿਉਂਕਿ ਮੈਨੂੰ ਐਂ ਯਾਰ ਘੱਟ ਖਾਓ ਵਧੀਆ ਖਾਓ, ਇੱਕ ਹੁੰਦਾ ਨਾ ਕਿ ਬਲਕ 'ਚ ਤੁਸੀਂ ਖਾ ਜਾਂਦੇ ਹੋ, ਤਾਂ ਮੇਰਾ ਸ਼ੁਰੂ ਤੋਂ ਹੀ ਇਹ ਰਿਹਾ ਕਿ ਘੱਟ ਕਰੋ ਪਰ ਇੰਨਾ ਵਧੀਆ ਕਰੋ ਕਿ ਲੋਕ ਯਾਦ ਰੱਖੇ। ਅੱਛਾ, ਆਖਰੀ ਸਵਾਲ ਇਹ ਹੋਏਗਾ ਕਿ ਅੱਜ ਨਾ ਸਾਰੇ ਬਿਹਾਈਂਡ ਦਾ ਕੈਮਰਾ ਜਾਂ ਪਬਲਿਕ ਰਿਵਿਊਜ਼ ਦੇ ਵਿੱਚ ਜਾਂ ਜੋ ਵੀ ਇੱਕ ਦੂਸਰੇ ਨੂੰ ਆਪਾਂ ਥੋਟਸ ਐਕਸਚੇਂਜ ਕਰ ਰਹੇ, ਸਭ ਇਹ ਕਹਿ ਰਹੇ ਕਿ ਜੈ ਰੰਧਾਵਾ ਦੀ ਇਹ ਜਿਹੜੀ ਫਿਲਮ ਹੈ ਉਹ ਸਲਮਾਨ ਖਾਨ ਦੀਆਂ ਜਿਹੜੀਆਂ ਫੈਮਿਲੀ ਓਰੀਐਂਟਡ ਐਕਸ਼ਨ ਫਿਲਮਸ ਹੁੰਦੀਆਂ ਨੇ, ਜਿਵੇਂ ਇੱਕ ਜੈ ਹੋ ਕਰਕੇ ਫਿਲਮ ਆਈ ਸੀ, ਸੋ ਉਸ ਤਰੀਕੇ ਦੀ ਇੱਕ ਪੰਜਾਬੀ ਸਿਨੇਮਾ 'ਚ ਉਸ ਤਰੀਕੇ ਦੀ ਵਾਈਬ ਆ ਰਹੀ ਹੈ ਜਿਵੇਂ ਸਲਮਾਨ ਖਾਨ ਐਕਸ਼ਨ ਕਰ ਰਹੇ ਨੇ, ਸੋ ਤੁਸੀਂ ਇਸ ਚੀਜ਼ ਨਾਲ ਕਿੰਨਾ ਕਗੜੀ ਕਰ ਰਹੇ ਹੋ ਕਿ ਇਹ ਬਾਲੀਵੁੱਡ ਦੇ ਸਲਮਾਨ ਖਾਨ ਜਾਂ ਆਪਾਂ ਕਹੀਏ ਅਕਸ਼ੈ ਕੁਮਾਰ ਦੀਆਂ ਐਕਸ਼ਨ ਫਿਲਮਾਂ ਨੂੰ ਬੀਟ ਕਰ ਰਹੀ ਹੈ? ਆਈ ਥਿੰਕ ਸਲਮਾਨ ਖਾਨ ਦੀ ਜਿਹੜੀ ਫਿਲਮ ਦਾ ਫਾਰਮੈਟ ਹੈਗਾ, ਦਿਸ ਫਿਲਮ ਹੈਜ਼ ਦਾ ਸੇਮ ਫਾਰਮੈਟ, ਫੈਮਿਲੀ ਓਰੀਐਂਟਡ ਹੈ, ਇਮੋਸ਼ਨ ਹੈ। ਅੱਛਾ, ਜੇ ਇਮੋਸ਼ਨ ਨਹੀਂ ਹੁੰਦਾ, ਜਿਵੇਂ ਬਾਕੀ ਕਿਸੇ ਐਕਟਰ ਦਾ ਨਾਂ ਕੀ ਲੈਣਾ, ਬਟ ਬਹੁਤ ਸਾਰੇ ਐਕਟਰ ਦੀ ਫਿਲਮਾਂ 'ਚ ਇਮੋਸ਼ਨ ਨਹੀਂ ਹੁੰਦਾ, ਐਕਸ਼ਨ ਹੁੰਦਾ। ਇਹ 'ਚ ਇਮੋਸ਼ਨ ਵੀ ਹੈਗਾ, ਐਕਸ਼ਨ ਵੀ ਹੈਗਾ, ਅਤੇ ਇੱਕ ਰਿਦਮ ਹੈ ਫਿਲਮ ਦਾ। ਜੇ ਤੁਸੀਂ ਫਿਲਮ ਨੂੰ ਦੇਖੋਗੇ ਨਾ, ਇੱਕਦਮ ਹਾਈਪ ਉੱਤੇ ਜਾਏਗੀ, ਫਿਰ ਹਲਕਾ ਜਿਹਾ ਤੁਹਾਨੂੰ ਸਾਹ ਲੈਣ ਨੂੰ ਮਿਲਦਾ, ਫਿਰ ਇੱਕਦਮ ਕੁਛ ਆ ਜਾਂਦਾ, ਫਿਰ ਤੁਹਾਨੂੰ ਸਾਹ ਲੈਣ ਨੂੰ ਮਿਲਦਾ। ਸੋ ਇਹ ਹੈਗਾ, ਆਈ ਥਿੰਕ ਇਟ ਰਿਜ਼ੈਂਬਲਸ ਮੋਰ ਟੂ ਸਲਮਾਨ ਭਾਈ ਫਿਲਮ। ਅੱਛਾ, ਪਰਸਨਲੀ ਮਿਊਜ਼ਿਕ ਕਿੱਦਾਂ ਦਾ ਲੱਗਿਆ ਜਿਹੜਾ ਜਦੋਂ ਜੈ ਦੀ ਐਂਟਰੀ ਹੋ ਰਹੀ ਹੈ ਜਾਂ ਵਿਲਨ ਦੀ ਐਂਟਰੀ ਹੋ ਰਹੀ ਹੈ? ਮਾਈਂਡ ਬਲੋਇੰਗ ਜੋ ਮਿਊਜ਼ਿਕ ਹੈ ਆਪਣਾ ਨਿੰਜਾ ਭਾਜੀ ਦਾ ਹੈ ਨਾ, ਗਾਣੇ ਵੀ ਜਿੰਨੇ ਹੈਗੇ ਆ, ਜੇ ਜੱਟ ਵਿਗੜ ਗਿਆ ਤਾਂ ਖੈਰ ਲੈਜੈਂਡਰੀ ਸੌਂਗ ਹੈਗਾ ਲੈਂਬਰ ਸਾਹਿਬ ਦਾ, ਅਤੇ ਜਿਹੜਾ BGM ਹੈ, ਜਿਹੜੇ ਸੌਂਗਸ ਆ ਬਹੁਤ ਵਧੀਆ ਨੇ, ਮਤਲਬ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਤੁਹਾਡੇ। ਫੈਮਿਲੀ ਨਾਲ ਜਾਓ, ਆਪਣੇ ਦੋਸਤਾਂ ਨਾਲ ਜਾਓ, ਆਪਣੀ ਭੈਣਾਂ ਨਾਲ ਜਾਓ। ਕੋਈ ਇਹੋ ਜਿਹੀ ਫਿਲਮ ਨਹੀਂ ਹੈ ਕਿ ਤੁਸੀਂ ਸਿਰਫ ਦੋਸਤਾਂ ਨਾਲ ਜਾਂ ਮੰਡੀਰ ਨੇ ਦੇਖਣੀ ਹੈ। ਜੇ ਮੰਡੀਰ ਨੇ ਜਾਣਾ, ਮੰਡੀਰ ਵੀ ਜਾਓ, ਹੈ ਨਾ। ਜੇ ਫੈਮਿਲੀ ਨਾਲ ਜਾਣਾ ਤਾਂ ਬਟ ਆਬਵੀਅਸ ਤੁਸੀਂ ਜਾ ਸਕਦੇ ਹੋ। ਫਿਲਮ ਦੇਖ ਕੇ ਆਓ ਅਤੇ ਸਾਨੂੰ ਦੱਸੋ ਫਿਲਮ ਕਿਹੋ ਜਿਹੀ ਹੈ। ਅੱਛਾ, ਅਤੇ ਉਹ ਜੋ ਮੈਂ ਇਹਨਾਂ ਦੇ ਗੱਡੀ ਵਾਲੇ ਉਤਰਨ 'ਚੋਂ ਸੀਨ ਦੀ ਗੱਲ ਕਰ ਰਹੀ, ਇਹਨਾਂ ਨੂੰ ਟੈਗ ਕਰਕੇ ਸਟੋਰੀਆਂ ਵੀ ਪਾਓ। ਥੈਂਕ ਯੂ ਸੋ ਮਚ। ਥੈਂਕ ਯੂ। ਸਾਡੇ ਜੈ ਰੰਧਾਵਾ ਜੀ ਦੇ ਮੰਮਾ ਖੜੇ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਵਧੀਆ। ਅੱਛਾ, ਕਿਵੇਂ ਲੱਗਿਆ ਕਿ ਅੱਜ ਜਿਹੜਾ ਤੁਹਾਡਾ ਸਾਊ ਬੀਬਾ ਪੁੱਤ ਹੈ ਜਿਹੜਾ ਜੈ ਰੰਧਾਵਾ, ਜਿਹਨਾਂ ਨੂੰ ਸਾਰੇ ਇੰਨਾ ਪਿਆਰ ਕਰਦੇ, ਉਹਨਾਂ ਨੇ ਇੱਕ ਆਪਣਾ ਅਲੱਗ ਹੀ ਰੂਪ ਦਿਖਾਇਆ? ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ ਲੱਗਦਾ ਜਦੋਂ ਸਾਰੇ ਇੰਨੀ ਓੜੀਅਨ ਪਿਆਰ ਕਰੇ, ਲੋਕ ਸਭ ਪਿਆਰ ਕਰਨ, ਫਿਰ ਅੱਛਾ ਤਾਂ ਲੱਗਦਾ ਹੀ ਹੈ ਨਾ। ਅੱਛਾ, ਇਮੋਸ਼ਨਲ ਕਿੰਨੀ ਕੁ ਵਾਰੀ ਹੋਏ ਤੁਸੀਂ, ਕਿਉਂਕਿ ਇਮੋਸ਼ਨਲ ਸੀਨ ਬਹੁਤ ਨੇ? ਉਹ ਇਮੋਸ਼ਨਲ ਸੀਨ ਲਾਸਟ ਵਾਲਾ ਜਿਹੜਾ ਭੈਣ ਵਾਲਾ ਸੀਗਾ, ਉਹ ਤੋਂ ਇਹ ਵੀ ਬਹੁਤ ਇਮੋਸ਼ਨਲ, ਮੈਂ ਵੀ ਬਹੁਤ ਹੋ ਗਈ। ਅੱਛਾ ਅੱਛਾ, ਜਦੋਂ ਜੈ ਵੀਰੇ ਨਾਲ ਤੁਸੀਂ ਸੀਗੇ, ਜਦੋਂ ਦੇਖ ਰਹੇ ਸੀਗੇ ਫਿਲਮ, ਅਤੇ ਉਹਨਾਂ ਨੂੰ ਨਾਲ ਨਾਲ ਕੋਈ ਆਸ਼ੀਰਵਾਦ ਜਾਂ ਕੁਛ ਨਾਲ ਨਾਲ ਗੱਲਬਾਤ ਚੱਲ ਰਹੀ ਸੀਗੀ ਕਿ ਦੋਨੋਂ ਜਣੇ ਆਰਾਮ ਨਾਲ ਫਿਲਮ? ਅਲੱਗ ਸੀਗੇ, ਅਲੱਗ ਸੀ ਥੋੜ੍ਹਾ ਮੇਰੇ ਤੋਂ। ਅਤੇ ਹੁਣ ਮਿਲੇ ਉਹਨਾਂ ਨੂੰ, ਕੀ ਕਿਹਾ ਤੁਸੀਂ? ਬਹੁਤ ਵਧੀਆ ਲੱਗਾ ਉਹਨੂੰ ਦੱਸ। ਅੱਛਾ, ਜਦੋਂ ਅਸੀਂ ਪ੍ਰਮੋਸ਼ਨਸ ਕਰ ਰਹੇ ਸੀ ਨਾ, ਉਹ ਇੱਕੋ ਹੀ ਗੱਲ ਕਹਿ ਰਹੇ ਸੀਗੇ ਕਿ ਆਪਣੀ ਮੰਮੀ ਨੂੰ ਨਾਲ ਲੈ ਕੇ ਆਉਣਾ, ਮੈਂ ਵੀ ਆਪਣੀ ਮੰਮੀ ਨੂੰ ਲੈ ਕੇ ਆਊਂਗਾ। ਸੋ ਅੱਜ ਉਹਨਾਂ ਨੇ ਆਪਣਾ ਜਿਹੜਾ ਵਾਅਦਾ ਪੂਰਾ ਕੀਤਾ, ਸੋ ਆਡੀਅੰਸ ਨੂੰ ਕਹਿ ਦਿਓ ਕਿ ਸਾਰੇ ਆਪਣੀ ਮੰਮੀ ਨਾਲ ਹੀ ਆਉਣ। ਹਾਂਜੀ, ਸਾਰੇ ਜਣੇ ਆਪਣੀ ਮੰਮੀ ਨੂੰ ਲੈ ਕੇ ਆਉਣ, ਪਾਪਾ ਨੂੰ ਲੈਣ, ਭੈਣ ਭਰਾ ਲੈ ਕੇ ਆਉਣ, ਕਿਉਂਕਿ ਭੈਣ ਭਰਾ ਰਿਸ਼ਤਿਆਂ ਦੀ ਫਿਲਮ ਆ, ਬਾਕੀ ਵਿਗੜੇ ਹੋਏ ਸਿਸਟਮ ਦੇ ਨਾਲ ਜਿਵੇਂ ਵਿਚਰਦਾ ਬੰਦਾ, ਹਰ ਇੱਕ ਨੂੰ ਪਤਾ ਹੁੰਦਾ ਇਸ ਤਰ੍ਹਾਂ ਵਾ, ਉਹ ਸਾਰੇ ਜਣੇ ਆਓ ਅਤੇ ਦੇਖੋ ਆਣ ਕੇ ਫਿਲਮ। ਅੱਛਾ, ਅਜੈ ਵੀਰਾ ਆਰਟਿਸਟ ਤਾਂ ਬਹੁਤ ਵਧੀਆ ਨੇ, ਸਭ ਜਾਣਦੇ ਨੇ, ਅੱਜ ਅਸੀਂ ਉਹਨਾਂ ਦਾ ਕੰਮ ਇੱਕ ਵਾਰੀ ਫਿਰ ਦੇਖ ਲਿਆ, ਜਿਹਨੂੰ ਬੜੀ ਤਾਰੀਫ ਮਿਲ ਰਹੀ ਹੈ, ਐਜ਼ ਅ ਬੇਟਾ ਉਹ ਕਿੰਨੇ ਕੁ ਨੋਟੀ ਹੈ ਜਾਂ ਸ਼ਰਾਰਤੀ ਹੈ, ਕਿੱਦਾਂ ਦੇ ਨੇ? ਬਹੁਤ ਅੱਛਾ, ਮਿਹਨਤੀ ਆ। ਹਾਂਜੀ ਬੀਬਾ, ਮਿਹਨਤੀ। ਅੱਛਾ, ਨਿੱਕੇ ਹੁੰਦੇ ਕਦੀ ਮਾਰ ਕੁੱਟ ਖਾਂਦੇ ਸੀਗੇ? ਨਿੱਕੇ ਹੁੰਦੇ ਤਾਂ ਇੱਕ ਵਾਰੀ ਕੁੱਟ ਖਾਧੀ ਸੀ, ਉਹ ਟਿਊਸ਼ਨ 'ਤੇ ਭੇਜਿਆ ਸੀ ਅਤੇ ਉੱਥੇ ਨਹੀਂ ਗਿਆ, ਕਰਾਟੇ ਕਰਨ ਚਲੇ ਗਿਆ, ਫਿਰ ਉਹਨੂੰ ਕੁੱਟ ਪਈ ਸੀ ਬਹੁਤ। ਅੱਛਾ, ਜਦੋਂ ਉਹਨਾਂ ਨੇ ਦੱਸਿਆ ਸੀਗਾ ਕਿ ਐਕਟਰ ਬਣੂੰਗਾ, ਕਦੀ ਦੱਸਿਆ ਹੋਊਗਾ ਕਿ ਮੈਂ ਐਕਟਰ ਬਣੂੰਗਾ, ਅਤੇ ਉਸ ਦਿਨ ਤੋਂ ਲੈ ਕੇ ਅੱਜ ਜਿਹੜੇ ਸੁਪਨੇ ਪੂਰੇ ਹੋ ਰਹੇ ਆ, ਕਿੰਨਾ ਕੁ ਮਾਣ ਮਹਿਸੂਸ ਹੁੰਦਾ ਵੀ ਹਾਂ ਇਹਨਾਂ ਨੇ ਕਰਕੇ ਦਿਖਾਇਆ? ਜਦੋਂ ਆਪਣੇ ਮੁਕਾਮ 'ਤੇ ਬੱਚਾ ਪਹੁੰਚਦਾ, ਫਿਰ ਮਾਂ ਪਿਓ ਨੂੰ ਤਾਂ ਖੁਸ਼ੀ ਹੁੰਦੀ ਹੈ ਨਾ ਉਸ ਚੀਜ਼ ਦੀ, ਹੈ ਨਾ।
ਤੇ ਕੀ ਇਸ 17 ਮਈ ਲਈ ਕੀ ਕਹਿਣਾ ਚਾਹੋਗੇ? ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਸਾਰੇ ਪਰਿਵਾਰ ਨੂੰ ਲੈ ਕੇ ਜਾਓ, ਪਰਿਵਾਰਕ ਫਿਲਮ ਆ ਅਤੇ ਇੱਕ ਵਿਗੜੇ ਹੋਏ ਸਿਸਟਮ ਦੀ ਜਾ ਕੇ ਦੇਖੋ, ਬਹੁਤ ਜੱਟ ਵਿਗੜ ਗਿਆ, ਜੇ ਜੱਟ ਵਿਗੜ ਗਿਆ। ਥੈਂਕ ਯੂ ਸੋ ਮਚ। ਸਾਡੇ ਨਾਲ ਇੱਕ ਐਸੇ ਆਰਟਿਸਟ ਜੁੜੇ ਨੇ ਜਿਹੜੇ ਆਰਟਿਸਟ ਤਾਂ ਬਹੁਤ ਵਧੀਆ ਨੇ ਪਰ ਅੱਜ ਇਹਨਾਂ ਨੇ ਇਹਨਾਂ ਦੇ ਕਿਰਦਾਰ ਨੇ ਜਿਹੜਾ ਇਹਨਾਂ ਨੇ ਕਿਰਦਾਰ ਨਿਭਾਇਆ ਉਹਨੇ ਕੋਈ ਖਾਸ ਚੰਗੇ ਕੰਮ ਨਹੀਂ ਕੀਤੇ, ਯਾਨੀ ਕਿ ਕੁੱਕੂ ਦੀਵਾਨ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਲ ਚਾਲ? ਬਹੁਤ ਵਧੀਆ, ਬਿਲਕੁਲ ਸਹੀ ਕਿਹਾ ਤੁਸੀਂ। ਪਰ ਖੈਰ ਐਜ਼ ਐਨ ਆਰਟਿਸਟ ਤੁਸੀਂ ਜੋ ਵੀ ਤੁਹਾਨੂੰ ਕਿਹਾ ਜਾਂਦਾ ਉਹਦਾ ਨਿਭਾਉਣਾ ਤਾਂ ਸਾਡਾ ਫਰਜ਼ ਵੀ ਹੈ, ਡਿਊਟੀ ਵੀ ਹੈ, ਅਤੇ ਉਹੀ ਕੀਤਾ। ਬਾਕੀ ਹੁਣ ਖੈਰ ਇੰਨਾ ਮੈਨੂੰ ਪਤਾ ਨਹੀਂ ਸੀ ਵੀ ਇੰਨਾ ਜ਼ਿਆਦਾ ਨੈਗੇਟਿਵ ਜਾਊਗਾ, ਤੋ ਜਦੋਂ ਅਸੀਂ ਕੀਤਾ ਐਕਟ ਅਤੇ ਡਾਇਲੈਕਟ ਤੋਂ ਤਾਂ ਥੋੜ੍ਹਾ ਆਈਡੀਆ ਹੋਇਆ। ਬਾਕੀ ਇੱਦਾਂ ਦਾ ਕੰਮ ਮੇਰਾ ਖਿਆਲ ਹੈ ਕਿ ਜਿਹੜਾ ਰਾਈਟਰ ਨੇ ਇਹ ਹਿੰਮਤ ਕੀਤੀ ਹੈ, ਦਾਦ ਹੈ ਉਸ ਰਾਈਟਰ ਦੀ, ਵੀ ਹੋਸਪਿਟਲਾਂ 'ਚ ਚੱਲਦਾ ਜਿਹੜਾ ਨੈਕਸਸ ਹੈ ਉਹਨੂੰ ਕਿਤੇ ਨਾ ਕਿਤੇ ਛੋਹਣ ਦੀ ਜਾਂ ਉਹਨੂੰ ਭੰਡਣ ਦੀ ਕੋਸ਼ਿਸ਼ ਕੀਤੀ ਹੈ। ਬੜੀ ਵਧੀਆ ਫਿਲਮ ਦਾ ਮੈਨੂੰ ਮੈਸੇਜ ਤੱਕ ਲੱਗਾ। ਅੱਛਾ, ਫਿਲਮ ਦਾ ਮੈਸੇਜ ਤਾਂ ਸਭ ਤਾਰੀਫ ਕਰ ਰਹੇ ਹੈ, ਫਿਲਮ ਦਾ ਐਕਸ਼ਨ ਕਿੱਦਾਂ ਦਾ ਲੱਗਿਆ? ਬਿਕੋਜ਼ ਪੰਜਾਬੀ ਸਿਨੇਮਾ 'ਚ ਇੱਕ ਨਵੀਂ ਲੀਗ ਆ ਗਈ ਹੈ ਇਸ ਐਕਸ਼ਨ ਦੇ ਨਾਲ। ਬਿਲਕੁਲ ਆ ਰਹੀ ਹੈ ਐਕਸ਼ਨ ਦੇ ਵਿੱਚ, ਪਹਿਲਾਂ ਤਾਂ ਜੈ ਦੀ ਤਾਰੀਫ, ਦੂਜੀ ਸਾਡੇ ਡਾਇਰੈਕਟਰ ਸਾਹਿਬ ਦੀ, ਮਨੀਸ਼ ਭੱਟ ਜੀ ਬਹੁਤ ਵਧੀਆ ਡਾਇਰੈਕਟਰ ਨੇ, ਬੜੇ ਕੂਲ ਡਾਇਰੈਕਟਰ ਨੇ, ਅਤੇ ਬਹੁਤ ਵਧੀਆ। ਮੈਂ ਉੱਦਾਂ ਦੀ ਐਕਸ਼ਨ, ਉਸ ਤਰੀਕੇ ਦਾ ਐਕਸ਼ਨ ਨਹੀਂ ਹੈ, ਮਾਰ ਧਾੜ ਨਹੀਂ ਹੈ, ਤੁਸੀਂ ਕਿਤੇ ਦੇਖੋਗੇ ਵੀ ਤੁਸੀਂ ਕਿਤੇ ਗੋਲੀ ਨਹੀਂ ਚੱਲੀ ਲੱਗਦੀ, ਹੈ ਨਾ, ਅਤੇ ਉਹ ਬੜਾ ਸਾਫ਼ ਸੁਥਰਾ ਐਕਸ਼ਨ ਹੈ ਅਤੇ ਕੰਟੈਂਟ ਬਹੁਤ ਵਧੀਆ। ਭੈਣ ਭਾਈ ਦਾ ਪਿਆਰ, ਮਦਰ ਦੀ ਜਿਹੜੀ ਉਹ ਜਿਹਨੂੰ ਜੇ ਮਤਲਬ ਉਹਦੇ ਫਾਦਰ ਗਲਤ ਕਰਦੇ ਸੀਗੇ ਉਹ ਤੋਂ ਉਹ ਬਰਦਾਸ਼ਤ ਹੀ ਹੋਇਆ। ਅੱਜ ਕੱਲ੍ਹ ਬਹੁਤ ਘਰਾਂ ਦੇ ਵਿੱਚ ਇਹ ਹੁੰਦਾ ਕਿ ਜੇ ਕੋਈ ਧੱਕਾ ਕਿਸੇ ਲੇਡੀਜ਼ ਨਾਲ ਜਾਂ ਮਦਰ ਨਾਲ ਅਸਿਸਟ ਨਾਲ ਹੋ ਰਿਹਾ ਅਤੇ ਉਹ ਸਟੈਂਡ ਲਿਆ, ਠੀਕ ਹੈ ਉਹ ਕੁਛ ਮਾਰਿਆ, ਉਹ ਸਟੋਰੀ ਵੀ ਬਣਨੀ ਸੀਗੀ ਅਤੇ ਗੁੱਸਾ ਉਹਨੂੰ ਹੈ, ਅਤੇ ਜਿਹੜਾ ਉਹ 25 ਸਾਲ ਦੀ ਰੱਖੜੀ ਵਾਲੀ ਗੱਲ ਕਰਦਾ, ਤੋ ਜੋ ਭੈਣਾਂ ਭਾਈਆਂ ਦੇ ਰਿਸ਼ਤੇ 'ਚ ਜਾਂ ਮਾਂ ਪਿਓ ਦੇ ਰਿਸ਼ਤੇ 'ਚ ਜਾਂ ਬੱਚਿਆਂ ਦੇ ਜਿੱਦਾਂ ਪਰਿਵਾਰ ਦੀ ਉਹਨੇ ਏਕੇ ਦੀ ਗੱਲ ਕੀਤੀ ਹੈ ਜਾਂ ਪਰਿਵਾਰ ਵਾਸਤੇ ਪ੍ਰੋਟੈਕਸ਼ਨ ਦੀ ਗੱਲ ਕੀਤੀ ਹੈ, ਜਿਵੇਂ ਪਰਿਵਾਰ ਵਾਸਤੇ ਖੜ੍ਹਨ ਦੀ ਗੱਲ ਕੀਤੀ ਹੈ, ਬਹੁਤ ਸੋਹਣਾ ਮੈਸੇਜ ਹੈ। ਤੋ ਸਾਡੀ ਤਾਂ ਬੇਨਤੀ ਇਹੀ ਹੈ ਸਾਰੇ ਦਰਸ਼ਕਾਂ ਨੂੰ ਕਿ ਫਿਲਮ ਰਿਲੀਜ਼ ਹੋ ਗਈ ਹੈ ਜੀ, ਅਤੇ ਪਰਿਵਾਰ ਸਾਨੂੰ ਦੇਖਣ ਵਾਲੀ ਫਿਲਮ ਹੈ, ਇਕੱਲਾ ਸਿਰਫ ਐਕਸ਼ਨ ਨਹੀਂ ਹੈ, ਬਹੁਤ ਕੰਟੈਂਟ ਪਿਆਰਾ, ਤੋ ਬਹੁਤ ਸਾਰਾ ਸਾਰੀ ਟੀਮ ਨੇ ਕੰਮ ਕੀਤਾ। ਜੇ ਜੱਟ ਵਿਗੜ ਗਿਆ ਦੇ ਪ੍ਰੀਮੀਅਰ ਤੇ ਪਹੁੰਚੇ ਹੋਏ ਆ ਔਰ ਜਿਨ੍ਹਾਂ ਨੇ ਇਹ ਜੱਟ ਦੇ ਵਿਗੜਨ ਤੇ ਪੈਸਾ ਲਾਇਆ, ਜੱਟ ਨੂੰ ਵਿਗਾੜਨ ਤੇ ਪੈਸਾ ਲਾਇਆ, ਸੋ ਉਹ ਵਿਗੜਿਆ ਹੋਇਆ ਜੱਟ ਸਾਡੇ ਸਾਹਮਣੇ ਦਿਖਾਇਆ ਔਰ ਤੁਸੀਂ ਅਸੀਂ ਪੋਸਟਰ ਦੇ ਵਿੱਚ ਵੀ ਦੇਖ ਸਕਦੇ ਹਾਂ ਕਿੰਨਾ ਖੁੰਖਾਰ ਲੱਗ ਰਿਹਾ ਸਾਡਾ ਜੱਟ। ਸੋ ਸਾਡੇ ਪ੍ਰੋਡਿਊਸਰ ਸੋਰੀ ਖੜੇ ਨੇ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਪੰਜਾਬ ਪਲੱਸ, ਕੀ ਹਾਲ ਚਾਲ? ਥੈਂਕ ਯੂ। ਅਤੇ ਅੱਜ ਜਿਵੇਂ ਕਿ ਜਿਵੇਂ ਕਹਿ ਲਓ ਕਿ ਹਰ ਬੰਦਾ ਚਾਹੁੰਦਾ ਕਿ ਅਗਰ ਮੇਰਾ 10 ਰੁਪਏ, ਅਸੀਂ ਮੰਦਰ ਵੀ ਪੈਸੇ ਚੜ੍ਹਾਉਂਦੇ ਹਾਂ, ਸਾਡਾ ਹੁੰਦਾ ਕਿ 10 ਰੁਪਏ ਆਏ ਰੱਬਾ ਸਾਨੂੰ 10 ਲੱਖ ਕਰਕੇ ਭੇਜੀ। ਸੋ ਪ੍ਰੋਡਿਊਸਰਸ ਹੈ ਨਾ, ਤੁਹਾਡੀ ਤਾਂ ਪੋਕਿਟ 'ਚੋਂ ਜਾਂਦੇ ਆ, ਇਨਵੈਸਟ ਕਰਦੇ ਹੋ ਤੁਸੀਂ ਇੱਕ ਹੋਪ ਦੇ ਵਿੱਚ ਕਿ ਫਿਲਮ, ਸੋ ਅੱਜ ਪਰਫੋਰਮੈਂਸ ਤੁਸੀਂ ਦੇਖ ਲਈ ਹੈ, ਕੀ ਲੱਗਦਾ ਕਿ ਫਿਲਮ ਤੁਹਾਡੀ ਪੋਕਿਟਸ ਦੁਬਾਰਾ ਸਾਰਾ ਪੈਸਾ ਮੋੜ ਲਿਆਊਗੀ? ਹਾਂਜੀ, ਮੈਨੂੰ ਲੱਗਦਾ ਕਿ ਜਿੰਨਾ ਲੱਗਾ ਉਹ ਤਾਂ ਮੁੜੇਗੀ, ਉਸ ਤੋਂ ਦੁੱਗਣਾ ਕਰਕੇ ਮੁੜੇਗੀ, ਕਿਉਂਕਿ ਸਾਨੂੰ ਬਾਬਾ ਦੀਪ ਸਿੰਘ ਜੀ 'ਤੇ ਬਹੁਤ ਭਰੋਸਾ ਅਤੇ ਜੈ ਵੀਰ 'ਤੇ ਵੀ ਬਹੁਤ ਭਰੋਸਾ, ਅਤੇ ਥਿੰਦ ਮੋਸ਼ਨ ਜਿਹੜੇ ਤੁਹਾਨੂੰ ਪਤਾ ਵੀ ਇਸਟੈਬਲਿਸ਼ ਬੈਨਰ ਜੈਬ ਸਟੂਡੀਓ ਦੀ ਪਹਿਲੀ ਫਿਲਮ ਆ, ਉਹਨਾਂ 'ਤੇ ਵੀ ਭਰੋਸਾ ਵੀ ਉਹ ਵੀ ਮਾੜੀ ਫਿਲਮ ਨਹੀਂ ਬਣਾਉਂਦੇ, ਅਤੇ ਹੁਣ ਦੇਖ ਕੇ ਨਿਕਲਿਆ ਮੂਵੀ 'ਤੇ ਸੈਟਿਸਫਾਈਡ ਹੈ ਵੀ ਯਾ ਪੈਸਾ ਵਸੂਲ ਹੈ। ਅੱਛਾ, ਐਜ਼ ਐਨ ਆਰਟਿਸਟ ਜੈ ਦਾ ਕੰਮ ਕਿੰਨਾ ਕੁ ਪਸੰਦ ਆਇਆ ਤੁਹਾਨੂੰ ਇਸ ਫਿਲਮ ਦੇ ਵਿੱਚ, ਕਿਉਂਕਿ ਆਲਰੇਡੀ ਉਹਨਾਂ ਨੂੰ ਅਸੀਂ ਐਜ਼ ਅ ਸਿੰਗਰ, ਐਂਕਰ, ਐਕਟਰ ਬੜਾ ਪਿਆਰ ਦਿੱਤਾ, ਸੋ ਇਸ ਫਿਲਮ ਦੇ ਵਿੱਚ ਕਿੰਨਾ ਕੁ ਉਹਨਾਂ ਨੇ ਕੰਮ ਬਾਖੂਬ ਨਿਭਾਇਆ? ਅੱਛਾ, ਉਹਨਾਂ ਨੇ ਕੰਮ ਇੰਨਾ ਸੋਹਣਾ ਕੀਤਾ ਨਾ ਇਸ ਮੂਵੀ 'ਚ, ਜਿਸ ਤਰ੍ਹਾਂ ਸਾਰੇ ਜਣੇ ਪਹਿਲੀਆਂ ਇੰਟਰਵਿਊਜ਼ 'ਚ ਇਹੀ ਪੁੱਛ ਰਹੇ ਸੀ ਕਿ ਉਹ ਐਕਸ਼ਨ ਹੀਰੋ ਨੇ, ਐਕਸ਼ਨ ਇਮੇਜ ਦੇ ਨਾਲ ਚੱਲ ਰਹੇ ਨੇ ਐਜ਼ ਐਨ ਐਕਸ਼ਨ ਹੀਰੋ, ਤਾਂ ਤੁਹਾਨੂੰ ਇਸ ਫਿਲਮ 'ਚ ਕੀ ਹੋਊਗਾ ਅਲੱਗ? ਪਰ ਮੈਨੂੰ ਸੀ ਕਿ ਚਾਹੇ ਉਹਦੀ ਐਕਸ਼ਨ ਇਮੇਜ ਹੀ ਸੀ ਨਾ ਤੀਜਾ ਦੀ ਚੱਲ ਰਹੀ, ਪਰ ਹਰ ਇੱਕ ਫਿਲਮ ਉਹਦੀ ਥੋੜ੍ਹੀ ਅਲੱਗ ਸੀ। ਅਸੀਂ ਜਿੱਦਾਂ ਮੇਕ ਓਵਰ ਦੇਖ ਲਓ ਤੁਸੀਂ ਉਹਨਾਂ ਦਾ,
ਉਹਨਾਂ ਦਾ ਤੁਸੀਂ ਜਿੱਦਾਂ ਉਹ ਆਪਣੇ ਆਪ ਨੂੰ ਪ੍ਰੈਜੈਂਟ ਕਰਦੇ ਨੇ ਸਕਰੀਨ 'ਤੇ, ਉਹ ਤੁਸੀਂ ਦੱਸ ਸਕਦੇ ਹਾਂ ਕਿ ਉਹ ਹਰ ਇੱਕ ਫਿਲਮ ਸੇਮ ਨਹੀਂ ਲੱਗ ਰਹੀ, ਤੁਸੀਂ ਕਹਿ ਸਕਦੇ ਹਾਂ ਕਿ ਹਰ ਇੱਕ ਫਿਲਮ ਅਲੱਗ ਆ। ਔਰ ਇਹ ਵਾਲੀ ਫਿਲਮ ਦੇ ਵਿੱਚ ਤਾਂ ਖੈਰ ਇਮੋਸ਼ਨਸ ਇੰਨੇ ਨੇ, ਮੈਂ ਖੁਦ ਇੰਨਾ ਰੋਈ ਹਾਂ, ਮੈਂ ਇੰਨਾ ਹੱਸੀ ਹਾਂ, ਔਰ ਡਾਂਸ ਕਰਨ ਲਈ ਦਿਲ ਕੀਤਾ ਮੇਰਾ, ਔਰ ਸਟੋਰੀ ਇੰਨੀ ਸੋਹਣੀ, ਮਿਊਜ਼ਿਕ ਇੰਨਾ ਸੋਹਣਾ ਆ, ਅਨਬਿਲੀਵੇਬਲ ਕੰਮ ਕੀਤਾ ਜੈ ਨੇ ਇਸ ਮੂਵੀ ਦੇ ਵਿੱਚ। ਮੈਨੂੰ ਲੱਗਦਾ ਕਿ ਸਾਰੇ ਜਿਹੜੇ ਪਹਿਲੇ ਪੁੱਛਦੇ ਸੀ ਕਿ ਐਕਸ਼ਨ ਹੀਰੋ ਐਕਸ਼ਨ ਹੀਰੋ, ਐਕਸ਼ਨ ਹੀਰੋ ਤਾਂ ਰਹੇ ਗਈ ਹਮੇਸ਼ਾ, ਕਿਉਂਕਿ ਹੈ ਆ ਉਹ। ਅੱਛਾ, ਦੀਪ ਦੀ ਵੀ ਇਹ ਡੈਬਿਊ ਫਿਲਮ ਹੈ, ਜੈ ਬਾਰੇ ਤਾਂ ਅੱਜ ਆਫਕੋਰਸ ਗੱਲ ਹੋ ਰਹੀ ਹੈ, ਲੇਕਿਨ ਦੀਪ ਬਾਰੇ ਵੀ ਬੜੀ ਉਹਨਾਂ ਦੀ ਵੀ ਤਾਰੀਫ ਕੀਤੀ ਜਾ ਰਹੀ ਹੈ, ਦ ਵੇ ਸ਼ੀ ਕੈਰੀਡ ਹਰ ਸੈਲਫ, ਜਾਂ ਉਹਨਾਂ ਨੇ ਜੋ ਵੀ ਆਪਣੇ ਆਪ ਪਰਫੋਰਮੈਂਸ ਦਿੱਤੇ ਆ, ਸੋ ਦੀਪ ਦਾ ਕੰਮ ਕਿੱਦਾਂ ਦਾ ਲੱਗਿਆ? ਐਕਚੁਅਲੀ ਦੀਪ ਦਾ ਕੰਮ ਮੈਨੂੰ ਬਹੁਤ ਵਧੀਆ ਲੱਗਾ। ਦੀਪ ਨੇ ਪਹਿਲਾਂ ਵੀ ਥਿੰਨ ਮੋਸ਼ਨ ਨਾਲ ਕੁਛ ਮੂਵੀਆਂ ਕੀਤੀਆਂ, ਐਜ਼ ਏ ਮੇਨ ਲੀਡ ਨਹੀਂ, ਪਰ ਉਹਨਾਂ ਨਾਲ ਕੰਮ ਕਰ ਚੁੱਕੀ ਸੀ, ਸੋ ਦੀਪ ਨੂੰ ਉਹਨਾਂ ਨੇ ਰਿਕਮੈਂਡ ਕੀਤਾ ਸੀਗਾ, ਅਤੇ ਆਈ ਐਮ ਵੈਰੀ ਗਲੈਡ ਕੰਮ ਵੇਖਣ ਤੋਂ ਬਾਅਦ ਵੀ ਇਟ ਵਾਜ਼ ਰਾਈਟ ਡਿਸੀਜਨ। ਥੈਂਕ ਯੂ ਸੋ ਮੱਚ। ਕੀ ਕਹਿਣਾ ਚਾਹੋਗੇ 17 ਮਈ ਲਈ? ਉਹ ਪਲੀਜ਼ 17 ਮਈ ਨੂੰ ਮੂਵੀ ਜ਼ਰੂਰ ਦੇਖੋ। ਜੇ ਜੱਟ ਵਿਗੜ ਗਿਆ, ਵਿਗੜਿਆ ਹੋਇਆ ਜੱਟ ਆ, ਪਰ ਸਿਸਟਮ ਨੂੰ ਸੁਧਾਰ ਰਿਹਾ ਆ, ਕੌਜ਼ ਲਈ ਵਿਗੜਿਆ। ਹਾਂਜੀ, ਥੈਂਕ ਯੂ ਸੋ ਮੱਚ। ਜਿਹੜਾ ਸਾਡੀ ਫਿਲਮ ਦੇ ਵਿੱਚ ਕਾਮੇਡੀ ਦਾ ਤੜਕਾ ਲਗਾ ਰਹੇ ਨੇ, ਐਰੀ ਗਿੱਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਛਾ, ਤੁਹਾਨੂੰ ਇਹਨਾਂ ਨੂੰ ਅਸੀਂ ਸੀਰੀਅਲਸ ਦੇ ਵਿੱਚ ਬੜਾ ਪਿਆਰ ਦਿੱਤਾ, ਇਹਨਾਂ ਨੂੰ ਅਸੀਂ ਹੋਰ ਵੀ ਇਹਨਾਂ ਦੇ ਜੋ ਪ੍ਰੋਜੈਕਟਸ ਆਉਂਦੇ ਨੇ ਲੋਕ ਤੁਸੀਂ ਬੜਾ ਪਿਆਰ ਦਿੰਦੇ ਹੋ, ਲੇਕਿਨ ਜੇ ਜੱਟ ਵਿਗੜ ਗਿਆ ਦੇ ਵਿੱਚ ਜਿਹੜਾ ਇਹਨਾਂ ਦਾ ਕਿਰਦਾਰ ਹੈ, ਜਿਸ ਤਰੀਕੇ ਇਹਨਾਂ ਨੇ ਉਸ ਕਿਰਦਾਰ ਨੂੰ ਪਕੜਿਆ, ਸੋ ਪਹਿਲ ਤਾਂ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ, ਬਹੁਤ ਸੋਹਣਾ ਤੁਹਾਡਾ ਕੰਡਕਟਰ ਤੁਸੀਂ ਬਣੇ ਹੋ। ਥੈਂਕ ਯੂ ਸੋ ਮੱਚ। ਕਿਵੇਂ ਲੱਗੀ ਜੇ, ਹਾਂ, ਜੇ ਜੱਟ ਵਿਗੜ ਗਿਆ ਐਜ਼ ਐਨ ਆਰਟਿਸਟ ਕਿੱਦਾਂ ਦੀ ਲੱਗੀ? ਬਹੁਤ ਵਧੀਆ ਲੱਗਿਆ, ਖੁਦ ਨੂੰ ਵੱਡੇ ਪਰਦੇ ਦੇਖ ਕੇ, ਇੱਕ ਸੁਪਨਾ ਹੁੰਦਾ। ਅਤੇ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਗੈਰੀ ਸੋਮਲ ਬਾਈ ਦਾ ਧੰਨਵਾਦ ਕਰਾਂਗਾ, ਉਹਨਾਂ ਦੀ ਬਦੌਲਤ ਮੈਂ ਇਹ ਕਰੈਕਟਰ ਨਿਭਾ ਪਾਇਆ, ਉਹਨਾਂ ਨੇ ਚੁਣਿਆ ਮੈਨੂੰ। ਦੂਜਾ ਧੰਨਵਾਦ ਮੇਰਾ ਮਨੀਸ਼ ਭੱਟ ਭਾਅ ਜੀ ਨੂੰ, ਇਕਬਾਲ ਬਾਈ ਨੂੰ, ਜੈ ਭਾਅ ਜੀ ਨੂੰ ਜਿਨ੍ਹਾਂ ਨਾਲ ਮੇਰਾ ਸੀਨ ਸੀ, ਅਤੇ ਬਾਕੀ ਸਾਰੀ ਕਾਸਟ ਨੂੰ, ਅਤੇ ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ। ਅੱਛਾ, ਐਜ਼ ਐਨ ਆਰਟਿਸਟ ਇਹ ਫਿਲਮ ਕਿੱਦਾਂ ਦੀ ਲੱਗੀ ਹੈ, ਜੇ ਜੱਟ ਵਿਗੜ ਗਿਆ? ਬਹੁਤ ਵਧੀਆ। ਦੇਖੋ, ਮੇਰੇ ਅਕੋਰਡਿੰਗ ਫਿਲਮ ਜਿਹੜੀ ਹੁੰਦੀ ਆ ਨਾ, ਐਂਟਰਟੇਨਮੈਂਟ ਹੁੰਦੀ ਹੈ, ਅਤੇ ਐਂਟਰਟੇਨਮੈਂਟ ਦੇ ਪੱਖ ਤੋਂ ਇਹ ਫਿਲਮ ਕਦੇ ਟੁੱਟਣ ਨਹੀਂ ਦਿੰਦੀ, ਉਹਦੇ ਅਕੋਰਡਿੰਗ ਤਾਂ ਬਹੁਤ ਸਹੀ ਜਾ ਰਹੀ ਆ, ਅਤੇ ਲੋਕਾਂ ਨੂੰ ਵੇਖਣੀ ਚਾਹੀਦੀ ਆ। ਕਹਿੰਦਾ ਦੁਨੀਆਂ ਦੇ ਬੜੇ ਦੁੱਖ ਨੇ ਕਿ ਆਪਾਂ 2-3 ਘੰਟੇ ਸਿਨੇਮੇ ਦੇ ਵਿੱਚ ਆਉਂਦੇ ਹਾਂ, ਰਿਲੀਫ ਫੀਲ ਕਰਨ ਆਉਂਦੇ ਹਾਂ, ਚਾਹੇ ਹੱਸਣ ਆਉਂਦੇ ਹਾਂ, ਚਾਹੇ ਕੁਛ ਸੋਚਣ ਆਉਂਦੇ ਹਾਂ, ਕੁਛ ਸਿੱਖਣ ਆਉਂਦੇ ਹਾਂ, ਤਾਂ ਇਹ ਫਿਲਮ ਸਿਖਾਉਂਦੀ ਹੈ। ਜਿਹੜਾ ਮੁੱਦਾ ਇਹਦੇ ਵਿੱਚ ਟੱਚ ਕੀਤਾ ਗਿਆ ਕਿ ਹੋਸਪਿਟਲਾਂ ਵਿੱਚ ਇਹ ਚੀਜ਼ ਹੁੰਦੀ ਆ, ਕਿਤੇ ਨਾ ਕਿਤੇ ਮੈਂ ਵੀ ਫੇਸ ਕੀਤੀ ਆ, ਜਾਂ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਫੇਸ ਕੀਤੀ ਹੋਣੀ ਆ, ਕਿ ਕਿਤੇ ਨਾ ਕਿਤੇ ਚੰਗੇ ਲੋਕ ਵੀ ਹੁੰਦੇ ਆ, ਮਾੜੇ ਲੋਕ ਵੀ ਹੁੰਦੇ ਆ, ਹਰ ਸੁਸਾਇਟੀ 'ਚ ਹੁੰਦੇ ਆ, ਹਰ ਪ੍ਰੋਫੈਸ਼ਨ 'ਚ ਹੁੰਦੇ ਆ, ਇੱਥੇ ਵੀ ਇੱਕ ਅੱਧਾ ਬੰਦਾ ਇੱਦਾਂ ਦਾ ਹੁੰਦਾ। ਤਾਂ ਜਿਹੜਾ ਉਹ ਮੁੱਦਾ ਟੱਚ ਕੀਤਾ ਗਿਆ ਕਿ ਹੋਸਪਿਟਲ ਦੇ ਵਿੱਚ ਗਰੀਬ ਬੰਦੇ ਨਾਲ ਹੁੰਦਾ ਕੀ ਆ, ਸੁਣਵਾਈ ਘੱਟ ਹੁੰਦੀ ਆ, ਤਾਂ ਉਹ ਰਿਲੇਟਿਵ ਆ ਲੋਕਾਂ ਦੇ। ਅੱਛਾ, ਕੀ ਲੱਗਦਾ 17 ਮਹੀਨੇ ਇਹ ਜਿਹੜਾ ਲੋਕ ਨਾ ਬੈਕ ਅਸੀਂ ਗੱਲ ਕਰ ਰਹੇ ਸੀਗੇ, ਪਬਲਿਕ ਇਹਨੂੰ ਸਲਮਾਨ ਖਾਨ ਦੀ ਫਿਲਮਾਂ ਦੇ ਨਾਲ ਕੰਪੇਅਰ ਕਰ ਰਹੀ ਹੈ, ਉਹਨਾਂ ਵਰਗੇ ਐਕਸ਼ਨ ਹੈ, ਉਹਨਾਂ ਦੀ ਇੱਕ ਫਿਲਮ ਆਈ ਸੀਗੀ ਕੁਛ ਤਰੀਕੇ ਨਾਲ, ਉਹ ਸਾਰਾ ਟੱਚ ਕਰ ਰਹੀ ਹੈ, ਇਮੋਸ਼ਨਲ ਐਕਸ਼ਨ ਇਹ ਫਿਲਮ ਜਿਹੜੀ ਹੈ ਦੇ ਰਹੀ ਹੈ। ਕੀ ਲੱਗਦਾ 17 ਮਹੀਨੇ ਨੂੰ ਲੋਕਾਂ ਨੂੰ ਪਸੰਦ ਆਏਗਾ ਇਹ ਐਕਸ਼ਨ, ਜੈ ਦਾ ਇਹ ਰੂਪ? ਨਹੀਂ, ਦੇਖੋ, ਪਹਿਲਾਂ ਮੈਡਲ ਵਿੱਚ ਪਸੰਦ ਆਇਆ ਸੀ, ਅਤੇ ਜੈ ਭਾਅ ਜੀ ਨੂੰ ਲੋਕ ਐਜ਼ ਐਨ ਐਕਸ਼ਨ ਹੀਰੋ ਹੀ ਜਾਣਦੇ ਨੇ, ਤਾਂ ਕਿਤੇ ਨਾ ਕਿਤੇ ਇਹ ਫਿਲਮ ਵੀ ਮੈਡਲ ਤੋਂ ਵੀ ਵੱਧ ਕੇ ਆ, ਹੋਰ ਮਿਹਨਤ ਕੀਤੀ ਆ, ਬਜਟ ਹੋਰ ਵੀ ਵੱਡਾ, ਤਾਂ ਲੋਕ ਬਿਲਕੁਲ ਪਸੰਦ ਕਰਨਗੇ। ਇੱਕ ਹੁੰਦਾ ਨਾ ਕਿ ਜਦੋਂ ਕੋਈ ਕਲਾਕਾਰ ਲੋਕਾਂ ਦੇ ਦਿਲ 'ਚ ਘਰ ਕਰਦਾ ਨਾ, ਤਾਂ ਫਿਰ ਇੱਕ ਵਾਰ ਲੋਕ ਭਰੋਸਾ ਕਰਦੇ ਆ, ਅਤੇ ਜਿੱਥੋਂ ਤੱਕ ਇਹ ਗੱਲ ਆ ਕਿ ਜੇ ਭਰੋਸਾ ਹੀ ਕਰਦੇ ਆ, ਤਾਂ ਫਿਰ ਆਰਟਿਸਟ ਭਰੋਸਾ ਟੁੱਟਣ ਨਹੀਂ ਦਿੰਦਾ ਹੁੰਦਾ। ਥੈਂਕ ਯੂ ਸੋ ਮੱਚ ਐਰੀ ਗਿੱਲ ਜੀ। ਕਿਵੇਂ ਲੱਗੀ ਜੇ ਜੱਟ ਵਿਗੜ ਗਿਆ ਫਿਲਮ ਤੁਹਾਨੂੰ? ਪਹਿਲ ਤਾਂ ਬਹੁਤ ਬਹੁਤ ਸਵਾਗਤ ਹੈ ਪੰਜਾਬ ਪਲੱਸ 'ਤੇ ਤੁਹਾਡਾ, ਅਤੇ ਅਸੀਂ ਤੁਹਾਨੂੰ ਮੰਤਰੀ ਜੀ ਦੇ ਨਾਲ ਜਿਹੜਾ ਪੰਗੇ ਪਾਉਂਦੇ ਦੇਖਿਆ, ਸੋ ਕਿਵੇਂ ਲੱਗੀ ਜੇ ਜੱਟ ਵਿਗੜ ਗਿਆ? ਪਹਿਲਾਂ ਤੁਸੀਂ ਦੱਸੋ, ਤੁਹਾਨੂੰ ਕਿਵੇਂ ਲੱਗੀ? ਤੁਸੀਂ ਵੀ ਦੇਖੀ ਨਾਲ ਹੀ? ਸਾਨੂੰ ਤਾਂ ਬਹੁਤ ਵਧੀਆ ਲੱਗੀ, ਪਰ ਅੱਜ ਪਬਲਿਕ ਰਿਵਿਊਜ਼ ਦੀ ਗੱਲ ਹੈ, ਅਸੀਂ ਆਪਣਾ ਰਿਵਿਊ ਬਾਅਦ 'ਚ ਦੇਣਾ ਪਹਿਲਾਂ। ਨਹੀਂ 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 ਨਹੀਂ, ਬਹੁਤ ਸੋਹਣੀ ਲੱਗੀ, ਬਹੁਤ ਵਧੀਆ ਫਿਲਮ ਆ, ਕਿਉਂਕਿ ਸਭ ਤੋਂ ਵੱਡੀ ਗੱਲ ਆ ਵੀ ਫਿਲਮ ਤੁਹਾਨੂੰ ਬੋਰ ਨਹੀਂ ਕਰਦੀ, ਹੈ ਨਾ?
ਬੜੀ ਮਤਲਬ ਕੱਸੀ ਹੋਈ ਫਿਲਮ ਆ, ਬੜੀ ਕੰਪੈਕਟ ਜੀ, ਹੈ ਨਾ, ਕਿਤੇ ਵੀ ਲਟਕਦੀ ਨਹੀਂ, ਇਹ ਨਹੀਂ ਵੀ ਕਿਤੇ ਲਟਕ ਗਈ ਫਿਲਮ, ਬੋਰ ਕਰ ਰਹੀ ਆ, ਪਤਾ ਨਹੀਂ ਲੱਗਾ ਕਦੋਂ ਇੰਟਰਵਲ ਹੋ ਗਿਆ, ਔਰ ਇੰਟਰਵਲ ਤੋਂ ਬਾਅਦ ਹਾਲਾਂਕਿ ਪਤਾ ਹੀ ਹੁੰਦਾ ਵੀ ਕੀ ਹੋਣਾ ਆ, ਪਰ ਬਹੁਤ ਜਲਦੀ ਹੋਇਆ ਸਾਰਾ ਕੁਛ, ਹੈ ਨਾ, ਕਿਤੇ ਵੀ ਤੁਹਾਨੂੰ ਲਟਕੀ ਨਹੀਂ ਫਿਲਮ, ਸਟੋਰੀ ਲਾਈਨ ਬਹੁਤ ਸੋਹਣੀ ਆ। ਐਰੀ ਲਈ ਕੀ ਕਹੋਗੇ ਇਹਨਾਂ ਦਾ ਕੰਮ ਕਿੱਦਾਂ ਲੱਗਿਆ? ਤਾਂ ਕਮਾਲ ਕਰਤੀ, ਕਿਉਂਕਿ ਜੇ ਸਟਾਰਟਿੰਗ ਜਾਇਆ ਨਾ, ਮਤਲਬ ਜਿੰਨਾ ਇਹ ਸੀਨ ਸੀ 2.5-3 ਮਿੰਟ ਦਾ ਸੀਨ, ਮਤਲਬ ਬਣਤਾ ਉਹਨੇ ਫਿਲਮ ਦਾ, ਮਤਲਬ ਜਿਹੜਾ ਸਟਾਰਟਿੰਗ ਆ ਨਾ ਉਹ ਬਣਤੀ ਅਤੇ ਫਿਰ ਉਸ ਫਿਲਮ ਅੱਗੇ ਰਿਕਾਰਡਿੰਗ ਚੱਲ ਗਈ, ਬਹੁਤ ਸੋਹਣਾ ਬਾ ਕਮਾਲ ਸੀਨ ਆਇਆ, ਔਰ ਜਿੰਨਾ ਆਇਆ ਬਹੁਤ ਹੀ ਵਧੀਆ ਆਇਆ ਕਰਕੇ। ਨਹੀਂ ਮੈਂ ਇਹਨਾਂ ਦੀ ਬਦੌਲਤ ਕਰ ਪਾਇਆ, ਇਹ ਨਾਲ ਨਾਲ ਪ੍ਰੋਡਕਸ਼ਨ ਵੀ ਕਰਦੇ ਸੀ, ਇਹਨਾਂ ਨੇ ਭਰੋਸਾ ਕੀਤਾ, ਇਹਨਾਂ ਨੇ ਭਰੋਸਾ ਕੀਤਾ ਅਤੇ ਭਰੋਸਾ ਕਰਦੇ ਰਹੋ, ਵਾਹ ਭਰੋਸਾ ਕਰਦੇ ਰਹੋ, ਜ਼ਿਆਦਾ ਜ਼ਿਆਦਾ 2-3 ਮਿੰਟ ਤੋਂ 6-7 ਮਿੰਟ ਜ਼ਿਆਦਾ ਵੱਡਾ ਭਰੋਸਾ ਕਰੋ। ਬਿਲਕੁਲ ਬਿਲਕੁਲ, ਹੁਣ ਭਰੋਸਾ ਬਿਲਕੁਲ ਇਸ ਤਰ੍ਹਾਂ ਦਾ ਨਾ, ਕੋਈ ਵੀ ਕੰਮ ਆ ਸਟਾਰਟਿੰਗ ਦੀ, ਹੈ ਨਾ, ਜਿਵੇਂ ਕਹਿੰਦੇ ਆਪਾਂ ਪੌੜੀਆਂ, ਹੌਲੀ ਹੌਲੀ ਪੌੜੀ ਦਰ ਪੌੜੀ ਚੜ੍ਹਦੇ ਹੀ ਕਿਸੇ ਮੁਕਾਮ 'ਤੇ ਪਹੁੰਚਿਆ ਜਾਂਦਾ, ਹੈ ਨਾ। ਹੁਣ ਸਾਡੇ ਜੇ ਆਪਣੇ ਪਿੱਛੇ ਆਪਣੀ ਬੈਕਗਰਾਊਂਡ 'ਤੇ ਇੱਦਾਂ ਦੀ ਹੈ ਨਹੀਂ ਵੀ ਆਪਾਂ ਨਾ ਫਿਲਮਾਂ ਨਾਲ ਕੋਈ ਡਾਇਰੈਕਟ ਆਪਾਂ ਨੂੰ ਕੋਈ ਲਾਂਚ ਕਰ ਰਿਹਾ ਜਾਂ ਆਪਾਂ ਨੂੰ ਕੰਮ ਦੇ ਰਿਹਾ, ਇੱਦਾਂ ਹੌਲੀ ਹੌਲੀ ਆ, ਮਿਹਨਤ ਕਰਦੇ ਕਰਦੇ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ, ਹੈ ਨਾ, ਔਰ ਪ੍ਰੂਵ ਕਰਿਆ ਹਰ ਇੱਕ ਨੇ, ਕੋਈ ਵੀ ਆਰਟਿਸਟ ਜਿੰਨਾ ਕਿਸੇ ਨੂੰ ਕੰਮ ਮਿਲਿਆ ਉਹਨੇ ਸੋਹਣਾ ਕੰਮ ਕਰਿਆ, ਔਰ ਅਰਜਨ ਤੇ ਸੱਚੀ ਮੁੱਚੀ ਬਾ ਕਮਾਲ ਕਰਿਆ, ਚੰਗਾ ਲੱਗਾ। ਭਾਈ ਨੇ ਪੌੜੀਆਂ ਵਾਲੀ ਗੱਲ ਕੀਤੀ, ਮੈਂ ਭਾਈ ਨੂੰ ਦੱਸਣਾ ਚਾਹੁੰਦਾ ਕਿ ਹਾਂ ਤੁਸੀਂ ਸੱਚ ਕਹਿ ਰਹੇ ਹੋ ਕਿ ਪੌੜੀ ਇੱਕ ਇੱਕ ਪੌੜੀ ਚੜ੍ਹਨੀ ਚਾਹੁੰਦੀ, ਪਰ ਮੇਰੀਆਂ ਲੱਤਾਂ ਵੱਡੀਆਂ ਨੇ, ਮੈਂ 4-5 ਪੌੜੀਆਂ ਇਕੱਠੀਆਂ ਵੀ ਚੜ੍ਹ ਲੈਂਦਾ ਤਾਂ। ਗੁੱਡ ਵਨ, ਇਹ ਗੁੱਡ ਵਨ, ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ। ਹੋਰ ਉੱਚੇ ਕਰਦੇ ਛੇਤੀ ਛੇਤੀ, ਹੈ ਨਾ, ਮਤਲਬ ਛੇਤੀ ਤੋਂ ਛੇਤੀ ਕੰਮ ਮਿਲੇ, ਜ਼ਿਆਦਾ ਤੋਂ ਜ਼ਿਆਦਾ ਕੰਮ ਮਿਲੇ, ਹੈ ਨਾ, ਔਰ ਛੇਤੀ ਮਤਲਬ ਮੈਂ ਆਪਣੇ ਆਪ ਨੂੰ ਪ੍ਰੂਵ ਕਰ ਸਕਾਂ ਜਾਂ ਥੋੜ੍ਹਾ ਸ਼ੌਂਕ ਦਾ ਵੀ ਛੇਤੀ ਸ਼ਾਜੀ, ਹੈ ਨਾ, ਪਰ ਸਹੀ ਬਾਕੀ ਕੁਦਰਤ ਦੇ ਹੱਥ 'ਚ ਵੀ ਹੁੰਦੀਆਂ ਚੀਜ਼ਾਂ। ਕੀ ਕਹੋਗੇ 17 ਮਈ ਦਰਸ਼ਕਾਂ ਨੂੰ? ਅਸੀਂ ਅਪੀਲ ਕਰਾਂਗੇ, ਹੈ ਨਾ, ਬਹੁਤ ਮਿਹਨਤ ਲੱਗਦੀ ਆ, ਕਮ ਸੇ ਕਮ 6 ਮਹੀਨੇ ਹੋ ਗਏ ਇਸ ਫਿਲਮ ਨੂੰ, ਹੈ ਨਾ, ਅਤੇ ਸੋ ਜਦੋਂ ਮਤਲਬ ਪ੍ਰੋਡਕਸ਼ਨ ਤੋਂ ਬਾਅਦ ਪੋਸਟ ਪ੍ਰੋਡਕਸ਼ਨ ਲਗਭਗ 6 ਮਹੀਨੇ ਤੋਂ ਉੱਤੇ ਟਾਈਮ ਹੋ ਗਿਆ, ਜੇ ਪ੍ਰੀ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਸਾਲ ਹੀ ਲੱਗ ਗਿਆ ਫਿਲਮ ਨੂੰ, ਬੜੀ ਮਿਹਨਤ ਲੱਗਦੀ ਫਿਲਮ ਬਣਾਉਣ ਲਈ, ਸੋ ਜ਼ਰੂਰ ਆਪਣਾ ਟਾਈਮ ਕੱਢ ਕੇ, ਹਾਲਾਂਕਿ ਟਾਈਮ ਵੀ ਲੋਕਾਂ ਦਾ ਕੀਮਤੀ ਆ, ਪੈਸਾ ਵੀ ਕੀਮਤੀ ਹੁੰਦਾ, ਪਰ ਇਹ ਪੈਸੇ ਵਸੂਲ ਆ, ਪੈਸਾ ਵਸੂਲ ਆ ਬਿਲਕੁਲ। ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ ਕਿ ਜੋਕਸ ਦੇ ਪਾਰਟ, ਬਟ ਫਿਲਮ ਨੋ ਡਾਊਟ ਬਹੁਤ ਸੋਹਣੀ ਬਣੀ ਆ, ਇੱਕ ਛੋਟੇ ਤੋਂ ਛੋਟੇ ਕੈਰੈਕਟਰ ਨੇ ਬਹੁਤ ਮਿਹਨਤ ਕੀਤੀ ਆ, ਅਤੇ ਤੁਸੀਂ ਪਲੀਜ਼ ਫਿਲਮ ਨੂੰ ਦੇਖਣ ਜਾਓ। ਮੈਨੂੰ ਵਧੀਆ ਲੱਗ ਰਿਹਾ, ਥੋੜ੍ਹਾ ਇਮੋਸ਼ਨਲ ਲੱਗਿਆ, ਬਾਕੀ ਵਧੀਆ ਆ। ਅਤੇ ਆਪਣੇ ਆਪ ਨੂੰ ਔਨ ਸਕਰੀਨ, ਮਤਲਬ ਤੁਹਾਨੂੰ ਅਸੀਂ ਪਹਿਲਾਂ ਵੀ ਬਹੁਤ ਫਿਲਮਾਂ ਦੇ ਵਿੱਚ ਦੇਖਿਆ, ਪਿਆਰ ਪਹਿਲੇ ਤੁਹਾਡੀਆਂ ਫਿਲਮਾਂ ਨੂੰ ਬੜਾ ਪਿਆਰ ਮਿਲਿਆ, ਇਸ ਵਾਰੀ ਤੁਹਾਡਾ ਇਸ ਸਿਸਟਰ ਦਾ ਕਿਰਦਾਰ ਬੜਾ ਲੋਕਾਂ ਨੇ ਇੰਜੋਏ ਕੀਤਾ, ਸੋ ਕਿਵੇਂ ਦੀ ਕੀ ਲੱਗ ਰਿਹਾ, ਆਡੀਅੰਸ ਦਾ ਕੀ ਰਿਸਪੋਂਸ ਸੀ ਜਦੋਂ ਨਾਲ ਬੈਠੇ ਹੋਏ ਸੀ ਸਾਰੇ? ਮੈਂ ਇੱਕੋ ਹੀ ਫਿਲਮ ਕੀਤੀ ਹੈ ਇਸ ਤੋਂ ਪਹਿਲਾਂ, ਉਹਦੇ ਵਿੱਚ ਵੀ ਭੈਣ ਦਾ ਕਰੈਕਟਰ ਸੀਗਾ, ਐਂਡ ਇਹਦੇ ਵਿੱਚ ਵੀ, ਅਤੇ ਆਡੀਅੰਸ ਮੇਰੀ ਟੀਮ ਮੇਰੇ ਭਰਾ ਮੇਰੇ ਨਾਲ ਆਏ ਨੇਗੇ, ਤਾਂ ਮੈਨੂੰ ਹੁੰਦਾ ਕਿ ਫਸਟ ਫੀਡਬੈਕ ਇਹਨਾਂ ਦਾ ਹੋਵੇ ਅਤੇ ਇਹਨਾਂ ਨੂੰ ਚੰਗੀ ਲੱਗੀ ਤਾਂ ਫਿਰ ਮੈਨੂੰ ਲੱਗਦਾ ਕਿ ਵਧੀਆ ਆ। ਅੱਛਾ, ਜੈਵੀਰ ਦਾ ਕੰਮ ਕਿੱਦਾਂ ਦਾ ਲੱਗਿਆ? ਬਹੁਤ ਕਮਾਲ, ਬਹੁਤ ਕਮਾਲ, ਭਾਅ ਜੀ ਨੇ ਇੰਨੇ ਸ਼ੇਡਸ ਦਿੱਤੇ ਨੇ ਆਪਣੇ ਕਰੈਕਟਰ ਦੇ ਵਿੱਚ, ਅਤੇ ਮੈਨੂੰ ਲੱਗਿਆ ਕਿ ਮੈਂ ਵੀ ਇੱਕ ਦਿਨ ਇੱਦਾਂ ਦਾ ਕੰਮ ਕਰੂੰਗੀ। ਅੱਛਾ, ਐਕਸ਼ਨ ਕਰਨ ਦਾ ਮਤਲਬ ਚਾਅ ਜਿਹਾ ਆ ਗਿਆ ਦੇਖ ਕੇ। ਆਈ ਗੈਸ ਉਹ ਮਤਲਬ ਬ੍ਰਿਲੀਅੰਟ ਪਰਫਾਰਮਰ ਨੇ। ਅੱਖਾਂ ਨਮ ਹੋਈਆਂ ਤੁਹਾਡੀਆਂ? ਹਾਂ, ਮੈਂ ਆਪਣੇ ਆਪ ਨੂੰ ਦੇਖ ਕੇ ਬਹੁਤ ਇਮੋਸ਼ਨਲ ਹੋਈ, ਅਤੇ ਮੈਨੂੰ ਸੀਗਾ ਕਿ ਇਸ ਤੋਂ ਬਾਅਦ ਜਦੋਂ ਕੰਕਲੂਡ ਹੋ ਰਹੀ ਸੀ ਫਿਲਮ, ਉਹ ਮੈਂ ਤਾਂ ਦੇਖੀ ਨਹੀਂ ਗਈ। ਸੋ ਇਹ ਸੀ ਜੀ ਸਾਰੀ ਸਟਾਰ ਕਾਸਟ ਅਤੇ ਜਿੰਨੇ ਵੀ ਅੱਜ ਆਰਟਿਸਟ ਇੱਥੇ ਜੈ ਰੰਧਾਵਾ ਜੀ ਨੂੰ ਸਪੋਰਟ ਕਰਨ ਲਈ ਪਹੁੰਚੇ ਹੋਏ ਸੀ। ਆਈ ਹੋਪ ਤੁਸੀਂ ਸਾਰਿਆਂ ਦੀ ਗੱਲਬਾਤ ਜਿਹੜੀ ਹੈ ਇੰਜੋਏ ਕੀਤੀ ਹੋਏਗੀ। ਪਵਨ ਮਲਹੋਤਰਾ ਜੀ ਜਿਹੜੇ ਇਸ ਫਿਲਮ ਦੇ ਵਿਲਨ ਨੇ, ਉਹਨਾਂ ਨਾਲ ਅੱਜ ਓਬਵੀਅਸਲੀ ਮੁਲਾਕਾਤ ਨਹੀਂ ਹੋ ਪਾਈ ਕਿਉਂਕਿ ਉਹ ਆਪਣੇ ਸ਼ੂਟਸ ਦੇ ਵਿੱਚ ਬਿਜ਼ੀ ਨੇ, ਅੱਜ ਉਹ ਇੱਥੇ ਮੌਜੂਦ ਨਹੀਂ ਨੇ, ਲੇਕਿਨ ਉਹਨਾਂ ਦਾ ਕੰਮ ਬੜਾ ਪਸੰਦ ਕੀਤਾ ਗਿਆ। ਸੋ ਅਭੈ ਅਤਰੀ ਜੀ ਦਾ ਵੀ ਜਿਹੜਾ ਵਿਲਨ ਦਾ ਕਿਰਦਾਰ ਹੈ ਬੜਾ ਹੀ ਸੋਹਣਾ। ਸੋ ਅਭੈ ਅਤਰੀ ਜੀ ਦੇ ਨਾਲ ਜਾਂ ਔਰ ਜਿੰਨੇ ਵੀ ਇੱਥੇ ਬਾਕੀ ਆਰਟਿਸਟ ਮੌਜੂਦ ਸੀ, ਪੂਰੀ ਕੋਸ਼ਿਸ਼ ਕੀਤੀ ਹੈ ਕਿ ਗੱਲਬਾਤ ਜਿਹੜੀ ਹੈ ਕਰਵਾ ਦਈਏ। ਦੇਖਦੇ ਰਹੋ ਪੰਜਾਬ ਪਲੱਸ ਟੀਵੀ। ਸਤਿ ਸ਼੍ਰੀ ਅਕਾਲ।